ਪਰ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਨੂੰ ਕੋਈ ਸਮਝ ਨਹੀਂ ਰਿਹਾ ਮੇਰੇ ਅੰਦਰ ਜੋ ਗਹਿਰਾ ਸਾਗਰ ਦੁੱਖ ਦਾ ਸੀ ਹਾਲਾਤ ਸੀ ਉਹ ਮੈਨੂੰ ਲੱਗਦਾ ਸੀ ਕਿ ਮੈਂ ਜੇ ਦੱਸਾਂਗੀ ਤਾਂ ਇਹਨਾਂ ਨੇ ਮੈਨੂੰ ਸਮਝਣਾ ਨਹੀਂ ਹੈਗਾ ਕੋਈ ਭਰਾ ਦਾ ਕੋਈ ਗਲਤੀ ਹੋਣੀ ਤਾਂ ਮੇਰੇ 'ਤੇ ਕੱਢ ਦੇਣੀ ਮੇਰੇ 'ਤੇ ਕੱਢ ਦੇਣੀ ਉਹਨਾਂ ਨੂੰ ਕਹਿ ਦੇਣਾ ਕੋਈ ਨਹੀਂ ਇਹਨੇ ਗਲਤ ਕੀਤੀ ਤਾਂ ਕੋਈ ਨਹੀਂ ਠੀਕ ਆ ਹਾਲਾਤ ਜਿਹੜੀ ਮੇਰੀ ਜੋ ਗਰੀਬੀ ਸੀ ਉਹ ਹਟਣੀ ਸ਼ੁਰੂ ਹੋ ਗਈ ਬਰਕਤ ਸ਼ੁਰੂ ਹੋ ਗਈ ਪਰ ਉਹਨਾਂ ਨੂੰ ਫਿਰ ਵੀ ਇਹੀ ਲੱਗਦਾ ਸੀ ਕਿ ਇਹ ਤਾਂ ਕੁੜੀ ਲੜਕੀ ਆ ਕੁੜੀ ਆ ਖੁਦਾਵੰਦ ਦੇ ਮੁਬਾਰਕ ਅਜ਼ੀਮ ਜਲਾਲੀ ਨਾਮ ਵਿੱਚ ਸਲਾਮ ਜੈ ਮਸੀਕੀ ਔਰ ਵੈਲਕਮ ਟੂ ਦ ਪ੍ਰੋਗਰਾਮ ਜੀ ਆਇਆਂ ਨੂੰ ਮੇਰੀ ਉਮੀਦ ਹੈ ਕਿ ਤੁਸੀਂ ਖੁਸ਼ਹਾਲ ਵਿੱਚ ਹਨ ਅੱਜ ਮੇਰੇ ਮਹਿਮਾਨ ਇੱਕ ਮੇਰੀ ਭੈਣ ਹੈਗੀ ਹੈ ਜਿਹਨਾਂ ਦਾ ਨਾਂ ਹੈ ਰਾਜ ਔਰ ਤੁਸੀਂ ਉਹਨੂੰ ਦੇਖ ਕੇ ਔਰ ਸੁਣ ਕੇ ਤੁਸੀਂ ਬੜੇ ਖੁਸ਼ ਹੋਵੋਗੇ ਮਤਲਬ ਇੱਕ ਇਹ ਵਰਸ਼ਿਪ ਲੀਡਰ ਹੈਗੇ ਆ ਅੱਜ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਤਾਂ ਨਾਲ ਨਾਲ ਆਪਾਂ ਗਾਣੇ ਵੀ ਸੁਣਨੇ ਹੈਗੇ ਆ ਵਰਸ਼ਿਪਰ ਔਰ ਫੋਲੋਅਰ ਆਫ ਜੀਸਸ ਕ੍ਰਾਈਸਟ ਵੈਲਕਮ ਟੂ ਦ ਪ੍ਰੋਗਰਾਮ ਰਾਜ ਜੀ ਥੈਂਕ ਯੂ ਅੱਛਾ ਸੁਣੋ ਕਹਿੰਦੇ ਹੈਗੇ ਜੰਗ ਜਿਹਨਾਂ ਦੀ ਲੜਦਾ ਯਹੋਵਾ ਉਹ ਜੰਗ ਕਦੀ ਨਹੀਂ ਹਾਰਦੇ ਤੁਸੀਂ ਕਦੀ ਹਾਰੀ ਆ ਨਾ ਨਹੀਂ ਮੈਂ ਬਹੁਤ ਜੰਗਾਂ ਲੜੀਆਂ ਆ ਇੱਥੇ ਤੱਕ ਪਹੁੰਚੀ ਹਾਂ ਔਰ ਮੈਂ ਹਰ ਜੰਗ ਜਿੱਤੀ ਆ ਪਰਮੇਸ਼ਰ ਦੇ ਨਾਲ ਤਾਂ ਮੈਨੂੰ ਵੀ ਇਹ ਜਿਹੜਾ ਤੁਹਾਡਾ ਐਕਸਪੀਰੀਅੰਸ ਜਿੱਦਾਂ ਕਹਿੰਦੇ ਹੁੰਦੇ ਆ ਵੀ ਇਹ ਲਾਈਨ ਦਾ ਇਹ ਤੁਹਾਡੀ ਪੂਰੀ ਜ਼ਿੰਦਗੀ ਇੱਕ ਚੇਂਜ ਕਰ ਗਿਆ ਠੀਕ ਹੈ ਨਾ ਹਾਂਜੀ ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਕਿਉਂ ਨਹੀਂ ਇਹਦਾ ਆਪਣੇ ਵਿਊਅਰਸ ਨੂੰ ਥੋੜ੍ਹਾ ਕਿਹਦਾ ਰੰਗ ਦਿਖਾਓ ਆਪਣੀ ਆਵਾਜ਼ ਦੇ ਨਾਲ ਜੰਗ ਜਿਨ੍ਹਾਂ ਦੇ ਲੜਦਾ ਯਹੋਵਾ ਜੰਗ ਜਿਨ੍ਹਾਂ ਦੇ ਲੜਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ 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 ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਜਿੰਨਾ ਅੱਗੇ ਅੱਗੇ ਚੱਲਦਾ ਯਹੋਵਾ ਉਹ ਜੰਗ ਕਦੇ ਨਹੀਂ ਹਾਰਦੇ ਉਹ ਜੰਗ ਕਦੇ ਨਹੀਂ ਹਾਰਦੇ ਬਹੁਤ ਅੱਛਾ ਵੈਰੀ ਗੁੱਡ ਅੱਛਾ ਸੁਣੋ ਇਹ ਕਿੱਦਾਂ ਤੁਸੀਂ ਇਹ ਜਿਹੜਾ ਟੈਲੈਂਟ ਜਾਂ ਤੋਹਫਾ ਜਾਂ ਜਿਹੜਾ ਤੁਸੀਂ ਇਹ ਸ਼ੌਕ ਸੀ ਤੁਹਾਡਾ ਕਦੋਂ ਸ਼ੁਰੂ ਹੋਇਆ ਕਿਸ ਤਰ੍ਹਾਂ ਸ਼ੁਰੂ ਹੋਇਆ ਜਦੋਂ ਦੀ ਮੈਂ ਪੈਦਾ ਹੋਣ ਤੋਂ ਬਾਅਦ ਹੋਸ਼ ਸੰਭਾਲੀ ਹੈਗੀ ਆ ਇਹ ਇਹ ਮੈਨੂੰ ਪਰਮੇਸ਼ਰ ਨੇ ਅੰਦਰੋਂ ਹੀ ਦਿੱਤਾ ਹੋਇਆ ਆ ਇਹਨੂੰ ਮੈਂ ਕਿਸੇ ਨੇ ਘੜ ਕੇ ਨਹੀਂ ਮੇਰੇ 'ਚ ਪਾਇਆ ਜਾਂ ਮੈਂ ਬਨਾਵਟੀ ਤੌਰ 'ਤੇ ਨਹੀਂ ਕੀਤਾ ਹੈਗਾ ਇਹ ਮੇਰੇ ਅੰਦਰੋਂ ਹੀ ਹੈਗਾ ਆ ਇੱਕ ਮੈਨੂੰ ਪਰਮੇਸ਼ਰ ਨੇ ਇੱਕ ਵਰਦਾਨ ਦਿੱਤਾ ਆ ਲਿਖਣ ਦਾ ਔਰ ਗਾਉਣ ਦਾ ਸੋ ਉਹਦੀ ਮੈਂ ਮਦਦ ਕਰਦੀ ਹਾਂ ਕਿੰਨੀ ਕੁ ਉਮਰ ਸੀਗੀ ਤੁਹਾਡੀ ਉਦੋਂ ਜਦੋਂ ਤੁਹਾਨੂੰ ਪਤਾ ਲੱਗਾ ਕਿ ਹਾਂ ਵੀ ਵਾਕਿਆ ਦੇ ਵਿੱਚ ਵੀ ਮੇਰੇ ਵਿੱਚ ਇਹ ਇੱਕ ਤੋਹਫਾ ਮਿਲਿਆ ਮੈਨੂੰ ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਜਦੋਂ ਮੈਂ ਹੋਸ਼ ਸੰਭਾਲੀ ਆ ਮਤਲਬ ਕਿ 6-7 ਸਾਲ 10 ਸਾਲ ਦੀ ਪਤਾ ਨਹੀਂ ਇੰਨੀ ਏਜ ਦੀ ਹੋਊਂਗੀ ਪਰ ਜੋ ਜ਼ਿੰਦਗੀ ਦੇ ਹਾਲਾਤ ਸੀਗੀ ਉਹ ਹਾਲਾਤਾਂ ਦੇ ਵਿੱਚ ਆਟੋਮੈਟਿਕਲੀ ਮੇਰੇ ਅੰਦਰੋਂ ਜੋ ਲਿਖਣ ਦੀ ਇਹ ਤਾਂਗ ਆਈ ਸੀਗੀ ਔਰ ਅੰਦਰੋਂ ਹੀ ਮੇਰੇ ਗਾਉਣ ਦੀ ਤਾਂਗ ਨਿਕਲੀ ਸੋ ਇਹਦਾ ਮਤਲਬ ਤੁਸੀਂ ਗਾਉਣਾ ਨਹੀਂ ਪਹਿਲਾਂ ਸਿੱਖਿਆ ਤੁਸੀਂ ਐਕਚੁਅਲੀ ਲਿਖਣਾ ਪਹਿਲਾਂ ਸਿੱਖਿਆ ਹਾਂਜੀ ਮੈਂ ਲਿਖਣਾ ਹੀ ਸਿੱਖਿਆ ਕਿਉਂ ਸਿੱਖਿਆ ਕਿਉਂ ਤੁਹਾਡੇ ਵਿੱਚ ਵੀ ਮਤਲਬ ਇਹ ਕਿਉਂ ਤੁਹਾਡੇ ਖਿਆਲ ਵੀ ਤੁਹਾਡੀ ਅੰਦਰੋਂ ਤਮੰਨਾ ਕਿਉਂ ਇਹ ਨਿਕਲੀ ਹੈਗੀ ਲਿਖਣ ਦੀ ਇਹ ਪਰਮੇਸ਼ਰ ਦੀ ਇੱਕ ਦੇਣ ਸੀਗੀ ਜਿੱਦਾਂ ਕਹਿ ਲਓ ਕਿ ਮੈਂ ਜੋ ਜ਼ਿੰਦਗੀ ਦੇ ਵਿੱਚ ਮੇਰੇ ਘਰ ਦੇ ਹਾਲਾਤ ਸੀਗੇ ਜੋ ਮੇਰੀ ਆਪਣੇ ਬਚਪਨ ਦੇ ਵਿੱਚ ਮੇਰੇ ਨਾਲ ਬੀਤਿਆ ਸੋ ਉਹਨਾਂ ਦੇ ਵਿੱਚ ਮੈਨੂੰ ਇਹ ਵਿਸ਼ ਇੱਦਾਂ ਫੀਲ ਹੁੰਦਾ ਸੀ ਕਿ ਮੇਰੀ ਕੋਈ ਭਾਵਨਾ ਨੂੰ ਕੋਈ ਸਮਝ ਨਹੀਂ ਰਿਹਾ ਮੇਰੇ ਅੰਦਰ ਜੋ ਦੁੱਖ ਆ ਦਰਦ ਆ ਜੋ ਮੈਂ ਜਿਸ ਉਸ ਮੈਂ ਇਸ ਮਾਹੌਲ ਦੇ ਵਿੱਚ ਸੀਗੀ ਤਾਂ ਮੈਨੂੰ ਮੈਂ ਜੋ ਆਪਣਾ ਦਰਦ ਸੀਗਾ ਦੁੱਖ ਸੀਗਾ ਉਹ ਮੈਂ ਬਿਆਨ ਕਰਕੇ ਪੇਪਰ 'ਤੇ ਲਿਖ ਕੇ ਔਰ ਉਹਨੂੰ ਹੀ ਆਪਣੇ ਲਈ ਆਪਣੇ ਉੱਤੇ ਲਾਉਂਦੀ ਸੀਗੀ ਔਰ ਪਰਮੇਸ਼ਰ ਦੇ ਅੱਗੇ ਰੱਖਦੀ ਸੀਗੀ ਠੀਕ ਹੈ ਸੋ ਤੁਹਾਡੀ ਆਡੀਅੰਸ ਜੇ ਦੇਖਿਆ ਜਾਵੇ ਔਰ ਤੁਹਾਡਾ ਜਿਹੜਾ ਉਸਤਾਦ ਜਿਹੜਾ ਸੀਗਾ ਉਹ ਪਰਮੇਸ਼ਵਰ ਸੀ ਪਰ ਤੁਸੀਂ ਉਹਨੂੰ ਜਾਣਦੇ ਨਹੀਂ ਸੀਗੇ ਨਹੀਂ ਮੈਂ ਉਹਨੂੰ ਜਾਣਦੇ ਨਹੀਂ ਸੀਗੇ ਪਰ ਤੁਸੀਂ ਲਿਖਦੇ ਸੀਗੇ ਜਿਸ ਤਰ੍ਹਾਂ ਕਿ ਆਪਣੀ ਤੁਹਾਡੀ ਐਕਸਪੀਰੀਅੰਸ ਜੋ ਕੁਛ ਤੁਹਾਡੇ ਦੁੱਖ ਜੋ ਕੁਛ ਤੁਹਾਡੀ ਮੁਸ਼ਕਲਾਂ ਆ ਰਹੀ ਸੀਗੀ ਜੇ ਹੋਰ ਨਹੀਂ ਕੋਈ ਸੁਣਦਾ ਸੀਗਾ ਤਾਂ ਤੁਸੀਂ ਕਲਮ ਲੈ ਕੇ ਹਾਂਜੀ ਤਾਂ ਤੁਸੀਂ ਉਸ ਨੂੰ ਲਿਖ ਕੇ ਤਾਂ ਜ਼ਾਹਿਰ ਕਰਦੇ ਸੀਗੇ ਠੀਕ ਹੈ ਨਾ ਹਾਂਜੀ ਤਾਂ
ਤੈਨੂੰ ਵੈਸੇ ਕਿਸੇ ਆਰਟਿਸਟ ਨੇ ਇਨਫਲੂਐਂਸ ਕੀਤਾ ਜਾਂ ਕਿਸੇ ਦੀ ਆਵਾਜ਼ ਅੱਛੀ ਲੱਗੀ? ਨਹੀਂ, ਆਰਟਿਸਟ ਤਾਂ ਸਾਰੇ ਹੀ ਮੇਰੇ ਲਈ, ਮੈਂ ਤਾਂ ਸਾਰਿਆਂ ਨੂੰ ਰਿਸਪੈਕਟ ਕਰਦੀ ਹਾਂ, ਸਾਰੇ ਚੰਗੇ ਆ ਜਿਨ੍ਹਾਂ ਦੀ ਪਰਮੇਸ਼ਰ ਨੇ ਉਹਨਾਂ ਨੂੰ ਵੀ ਗੁਣ ਦਿੱਤੇ ਆ, ਹਰ ਇੱਕ ਇਨਸਾਨ ਨੂੰ ਪਰਮੇਸ਼ਰ ਨੇ ਜਿਨ੍ਹਾਂ ਨੂੰ ਗਾਉਣ ਦਾ ਗੁਣ ਦਿੱਤਾ, ਲਿਖਣ ਦਾ ਗੁਣ ਦਿੱਤਾ। ਤਾਂ ਤੁਹਾਡੀ ਜਿਹੜੀ ਇਹ ਟੈਲੈਂਟ ਸੀ, ਤੁਸੀਂ ਪ੍ਰੈਕਟਿਸ ਕਰਦੇ ਹੋਵੋਗੇ? ਹਾਂਜੀ, ਮੈਂ ਪ੍ਰੈਕਟਿਸ ਕਰਦੀ। ਸੋ ਜਦੋਂ ਕੰਮਕਾਰ ਕਰਦੇ ਹੋਵੋਗੇ ਉਦੋਂ ਫਿਰ ਪ੍ਰੈਕਟਿਸ ਕਰਦੇ ਹੋਵੋਗੇ? ਹਾਂਜੀ, ਜਦੋਂ ਮੈਨੂੰ ਫੀਲ ਹੋਣਾ ਕਿ ਮੈਂ ਕੋਈ ਮੈਨੂੰ ਦੁੱਖ 'ਚ ਆ, ਮੈਂ ਦੁੱਖ ਫੀਲ ਕਰਨਾ, ਜੋ ਮੇਰੇ 'ਤੇ ਕੋਈ ਇੱਦਾਂ ਦੀ ਆਉਣੀ ਕੋਈ ਦੁੱਖ। ਫੋਰ ਐਗਜ਼ਾਮਪਲ ਕਿੱਦਾਂ? ਜਿਸ ਤਰ੍ਹਾਂ ਕਿ ਮੈਂ ਲੋਨਲੀ ਫੀਲ ਕਰਨਾ, ਮੈਨੂੰ ਇੱਦਾਂ ਲੱਗਣਾ ਕੋਈ ਮੈਨੂੰ ਪਿਆਰ ਨਹੀਂ ਕਰਦਾ ਘਰ 'ਚ, ਮੈਨੂੰ ਇੱਦਾਂ ਫੀਲ ਹੋਣਾ, ਤਾਂ ਮੈਂ ਉਹ ਆਪਣਾ ਦੁੱਖ ਜਿਹੜਾ ਸੀ ਉਹ ਕਲਮ 'ਤੇ ਬਿਆਨ ਕਰਦੀ ਸੀ। ਅੱਛਾ। ਔਰ ਮੈਨੂੰ ਫਿਰ ਵੀ ਇੱਦਾਂ ਲੱਗਦਾ ਸੀ ਕਿ ਉਹ ਫਿਰ ਵੀ ਅਧੂਰਾ ਹੀ ਆ, ਜੋ ਮੇਰੇ ਅੰਦਰ ਖਾਲੀਪਨ ਸੀ ਉਹ ਭਰਦਾ ਹੀ ਨਹੀਂ ਸੀਗਾ, ਉਹ ਭਰਵੇਂ ਵੀ ਜਿੰਨਾ ਵੀ ਮਰਜ਼ੀ ਮੈਂ ਲਿਖੀ ਜਾਂਦੀ ਸੀਗੀ, ਬਿਆਨ ਕਰੀ ਜਾਂਦੀ ਸੀ, ਪਰ ਉਹ ਭਰਦਾ ਹੀ ਨਹੀਂ ਸੀਗਾ। ਲਾਈਫ ਸਿਚੁਏਸ਼ਨ ਸੀਗੀ, ਰੀਅਲ ਲਾਈਫ ਸਿਚੁਏਸ਼ਨ, ਕਿ ਜਿਸ ਤਰ੍ਹਾਂ ਦੀਆਂ ਹਾਲਾਤ ਤੁਹਾਡੇ ਸੀਗੇ ਉਸ ਵੇਲੇ, ਜਿੱਦਾਂ ਤੁਸੀਂ ਇੱਕ ਸਬਜੈਕਟ ਕੀਤਾ, ਲੋਨਲੀਨੈਸ ਬਹੁਤ ਵੱਡਾ ਸਬਜੈਕਟ ਹੈਗਾ, ਹੈ ਨਾ? ਹਾਂਜੀ। ਤਾਂ ਉਹਦੇ ਬਾਰੇ ਫਿਰ ਤੁਸੀਂ ਲਿਖਣ ਲੱਗ ਪਏ, ਫਿਰ ਉਹਦੇ ਬਾਰੇ ਗਾਉਣ ਵੀ ਲੱਗ ਪਏ ਹੋਣਗੇ। ਅੱਛਾ, ਬਹੁਤ ਖੂਬ। ਤਾਂ ਦੇਖੋ, ਪੰਜਾਬੀ ਘਰਾਨੇ ਦੇ ਵਿੱਚ ਪੈਦਾਇਸ਼ ਲੈਣੀ, ਗਾਉਣਾ ਉਹ ਜਿੱਦਾਂ ਕਹਿੰਦੇ ਹੁੰਦੇ ਨੋਟ ਸੋ ਗੁੱਡ ਥਿੰਗ ਸਮਝਦੇ ਹੈਗੇ ਵੀ ਅੱਛਾ ਨਹੀਂ ਆ, ਪਰ ਲੜਕੀ ਹੋ ਕੇ ਗਾਉਣਾ ਤਾਂ ਬੜਾ ਮੁਸ਼ਕਲ ਹੋਊਗਾ। ਤਾਂ ਤੁਹਾਡੇ ਵਾਸਤੇ ਕਿੱਦਾਂ ਸੀਗਾ? ਮੇਰਾ, ਮੈਂ ਇੱਦਾਂ ਖੁੱਲ੍ਹ ਕੇ ਨਹੀਂ ਸੀ ਘਰ 'ਚ, ਮੇਰਾ ਜਿੱਦਾਂ ਆਪਣੇ ਆਪ ਵਿੱਚ ਹੀ ਸੀਗਾ। ਤੁਸੀਂ ਬਿਆਨ ਨਹੀਂ ਕਰਦੇ ਸੀਗੇ? ਮੈਂ ਬਿਆਨ ਨਹੀਂ ਸੀ ਕਰਦੀ, ਜਾਂ ਮੈਂ ਜਿੱਥੇ ਪੜ੍ਹਦੀ ਸੀਗੀ ਉੱਥੇ ਹੁੰਦਾ ਸੀਗਾ, ਕਾਲਜ 'ਚ ਸਕੂਲ 'ਚ ਜਿੱਥੇ ਵੀ ਮੈਂ ਪੜ੍ਹੀ ਹਾਂ, ਤਾਂ ਘਰ ਦੇ ਵਿੱਚ ਉਹਨਾਂ ਤੋਂ ਚੋਰੀ ਸੀਗਾ। ਸੋ ਇਹ ਸੀਕ੍ਰੇਟ ਲਵ ਅਫੇਅਰ ਸੀਗਾ? ਹਾਂਜੀ। ਗਾਇਕੀ ਨਾ? ਹਾਂਜੀ। ਔਰ ਲਿਖਾਣਾ? ਹਾਂਜੀ। ਵੈਰੀ ਗੁੱਡ। ਸੋ ਤੁਸੀਂ ਜਦੋਂ ਤੁਸੀਂ ਇਕੱਲੇ ਸੀਗੇ ਉਦੋਂ ਤੁਸੀਂ ਲਿਖ ਲੈਣਾ, ਤਾਂ ਆਪਣੇ ਟਰੂ ਫੀਲਿੰਗਸ ਦੱਸ ਦੇਣੇ ਹੈਗੇ ਵੀ ਕੀ ਹੋ ਰਿਹਾ ਹੈਗਾ। ਤਾਂ ਘਰ ਵਾਲਿਆਂ ਨੂੰ ਜੇ ਪਤਾ ਲੱਗ ਜਾਂਦਾ ਤਾਂ ਫੇਰ ਕੀ ਹੋਣਾ ਸੀ? ਘਰ ਦੇ ਮੇਰੇ ਬ੍ਰਦਰ ਸੀਗੇ, ਮੇਰੀ ਸਿਸਟਰ ਸੀਗੀ, ਉਹਨਾਂ ਤੋਂ ਤਾਂ ਇੰਨਾ ਜਿੱਦਾਂ ਕਹਿ ਲਓ ਕਿ ਉਹਨਾਂ ਨੂੰ ਨਹੀਂ ਸੀਗਾ। ਹਾਂਜੀ। ਤਾਂ ਮੇਰੇ ਮੰਮੀ ਡੈਡੀ ਵੀ ਖਾਸ ਜਿੱਦਾਂ ਪੜ੍ਹੇ ਵੀ ਨਹੀਂ ਸੀ ਇੰਨੇ, ਹੈ ਨਾ, ਤਾਂ ਮੇਰੀ ਮਾਂ ਮੇਰੀ ਮੰਮੀ ਉੱਦਾਂ ਸਪੋਰਟ ਕਰਦੀ ਹੁੰਦੀ ਸੀ, ਉਹਨੂੰ ਪਤਾ ਸੀ ਮੇਰੇ 'ਚ ਸ਼ੌਂਕ ਹੈਗਾ, ਤਾਂ ਉਹ ਮੇਰੇ ਨਾਲ ਮੈਨੂੰ ਸਪੋਰਟ ਕਰਦੀ। ਮੈਂ ਮੰਮ ਡੈਡ ਬਾਰੇ ਔਰ ਭੈਣ ਭਰਾਵਾਂ ਬਾਰੇ ਮੈਂ ਥੋੜ੍ਹੀ ਦੇਰ ਬਾਅਦ ਗੱਲ ਕਰਨੀ ਹੈਗੀ। ਤਾਂ ਤੁਸੀਂ ਫਿਰ ਜਿਹੜੀ ਤੁਹਾਡੀ ਸਿੰਗਿੰਗ ਸੀ ਜਾਂ ਤੁਹਾਡਾ ਲਿਖਣਾ, ਇਹ ਤੁਹਾਨੂੰ ਵੈਸੇ ਅੰਦਰੋਂ ਕਿੱਦਾਂ ਤੁਹਾਨੂੰ ਸ਼ਾਂਤੀ ਦਿੰਦਾ ਸੀ? ਇਹ ਮੈਨੂੰ ਅੰਦਰੋਂ, ਕਿਉਂਕਿ ਮੈਂ ਜਿੱਦਾਂ ਮੇਰੇ ਅੰਦਰ ਜਿੱਦਾਂ ਬੰਦਾ ਦੁੱਖ 'ਚ ਹੁੰਦਾ ਆ, ਤਕਲੀਫ 'ਚ ਹੁੰਦਾ ਆ, ਤਾਂ ਜਾਂ ਕਿਸੇ ਆਪਣੇ ਦੋਸਤ ਨੂੰ ਨਾਲ ਸ਼ੇਅਰ ਕਰ ਲੈਂਦਾ ਆ, ਆਪਣੀ ਭੈਣ ਨਾਲ ਸ਼ੇਅਰ ਕਰ ਲੈਂਦਾ, ਆਪਣੀ ਮਾਂ ਨਾਲ ਸ਼ੇਅਰ ਕਰ ਲੈਂਦਾ ਆ, ਪਰ ਮੈਨੂੰ ਇੱਦਾਂ ਲੱਗਦਾ ਸੀ ਕਿ ਮੈਨੂੰ ਕੋਈ ਸਮਝ ਨਹੀਂ ਰਿਹਾ। ਮੇਰੇ ਅੰਦਰ ਜੋ ਗਹਿਰਾ ਸਾਗਰ ਦੁੱਖ ਦਾ ਸੀ, ਹਾਲਾਤ ਸੀ, ਉਹ ਮੈਨੂੰ ਲੱਗਦਾ ਸੀ ਕਿ ਮੈਂ ਜੇ ਦੱਸਾਂਗੀ ਤਾਂ ਇਹਨਾਂ ਨੇ ਮੈਨੂੰ ਸਮਝਣਾ ਨਹੀਂ ਹੈਗਾ। ਤਾਂ ਮੈਂ ਉਹ ਆਪਣਾ ਲਿਖ ਕੇ ਤਾਂ ਉਹ ਆਪਣੇ ਆਪ ਨੂੰ ਤ੍ਰਿਪਤ ਕਰਦੀ ਸੀ, ਆਪਣੇ ਆਪ ਨੂੰ ਫਿਲ ਕਰਨ ਦੀ ਕੋਸ਼ਿਸ਼ ਕਰਦੀ ਸੀ। ਮਤਲਬ ਉਹ ਡੂੰਘਾ ਸੀਗਾ ਸਬਜੈਕਟ ਬਹੁਤ। ਹਾਂਜੀ। ਪਰ ਉਹ ਖਾਲੀ ਦਾ ਖਾਲੀ ਉਹ ਭਰ ਹੀ ਭਰਦਾ ਨਹੀਂ ਸੀਗਾ, ਇਹ ਮੈਨੂੰ ਉਦੋਂ ਨਹੀਂ ਸੀ ਸਮਝ ਆਉਂਦਾ। ਬੜਾ ਦੁੱਖ ਵਾਲਾ ਟਾਈਮ ਸੀ ਫਿਰ। ਹਾਂਜੀ। ਔਰ ਖੁਸ਼ੀ ਵਾਲਾ ਵੀ ਟਾਈਮ ਹੋਊਗਾ? ਖੁਸ਼ੀ ਵਾਲਾ ਫਿਲਹਾਲ ਮੈਨੂੰ ਤਾਂ ਇੱਦਾਂ ਕੁਝ ਨਹੀਂ ਲੱਗਾ ਹੈਗਾ ਉਸ ਵੇਲੇ। ਹਾਂਜੀ, ਉਸ ਵੇਲੇ। ਅੱਛਾ ਅੱਛਾ। ਤਾਂ ਚਲੋ ਫਿਰ ਕਿਉਂ ਨਹੀਂ ਆਪਾਂ ਉਹ ਮੌਕੇ ਨੂੰ ਉਸ ਟਾਈਮ ਦੇ ਵਿੱਚ ਆਪਾਂ ਜਾਂਦੇ ਹੈਗੇ, ਤਾਂ ਤੁਸੀਂ ਹੁਣ ਵਾਪਸ ਜਾਓ ਔਰ ਇਮੋਸ਼ਨਲੀ ਸਾਨੂੰ ਦੱਸੋ ਵੀ ਤੁਹਾਡਾ ਕਿਸ ਤਰ੍ਹਾਂ ਦਾ ਅਪਬ੍ਰਿੰਗਿੰਗ ਸੀਗੀ, ਕਿੱਥੇ ਪੈਦਾ ਹੋਏ, ਭੈਣ ਭਰਾ ਕੌਣ ਸੀ, ਮਾਂ ਬਾਪ ਸੀ? ਹਾਂਜੀ, ਮੈਂ ਹੁਣ ਵੀ ਜਦੋਂ ਮੈਂ ਯਾਦ ਕਰਦੀ ਹਾਂ ਕਈ ਵਾਰੀ, ਤਾਂ ਜਦੋਂ ਮੈਂ ਉਸ ਟਾਈਮ ਨੂੰ ਮੈਂ ਚੇਤੇ ਕਰਦੀ ਹਾਂ ਤਾਂ ਮੈਂ ਬਹੁਤ ਦੁੱਖ 'ਚ ਚੱਲ ਜਾਂਦੀ ਹਾਂ, ਮੈਨੂੰ ਬਹੁਤ ਉਦਾਸੀ ਹੁੰਦੀ ਆ, ਮੈਂ ਬਹੁਤ ਆਪਣੇ ਆਪ 'ਚ ਫਿਰ ਡਾਊਨ ਹੋ ਜਾਂਦੀ ਹਾਂ। ਮੈਂ ਲਿਖਦੀ ਵੀ ਹੈਗੀ ਜਦੋਂ, ਤਾਂ ਫਿਰ ਮੈਨੂੰ ਇੱਦਾਂ ਲੱਗਦਾ ਹੈਗਾ ਕਿ ਮੈਂ ਆਪਣੇ ਆਪ 'ਚ ਹੀ ਫਿਰ ਰੋਣ ਲੱਗ ਜਾਂਦੀ ਹਾਂ, ਮੈਨੂੰ ਉਹ ਟਾਈਮ ਨੂੰ ਚੇਤੇ ਕਰਕੇ, ਕਿਉਂਕਿ ਦੁੱਖ ਭਰਿਆ ਟਾਈਮ ਦੁੱਖ ਸੀਗਾ ਪਰਿਵਾਰ ਦੇ ਵਿੱਚ, ਉਸ ਸਮੇਂ ਗਰੀਬੀ ਸੀਗੀ ਕਹਿ ਲਓ, ਹੈ ਨਾ, ਅਤੇ ਮੇਰੇ ਵੱਡੀ ਸਿਸਟਰ ਸੀਗੀ ਮੇਰੇ ਤੋਂ ਪਹਿਲਾਂ, ਉਹ 3-3.5 ਸਾਲ ਵੱਡੀ ਸੀਗੀ ਮੇਰੇ, ਉਹ ਵੀ ਮੇਰੇ ਮੰਮੀ ਜਿੱਦਾਂ ਦੱਸਦੇ ਆ ਕਿ ਉਹ ਬੋਰਨ ਹੋਈ ਸੀ ਉਹਨਾਂ ਦੀ ਵਿਆਹ ਤੋਂ ਮਗਰੋਂ 7 ਸਾਲ ਬਾਅਦ, ਉਸ ਤੋਂ ਬਾਅਦ ਫਿਰ 3.5 ਸਾਲ ਬਾਅਦ ਜਦੋਂ ਮੈਂ ਹੋਈ, ਉਹਨਾਂ ਨੇ ਇਹ ਫੀਲ ਕੀਤਾ ਕਿ ਇਹ ਕੁੜੀਆਂ ਹੀ ਹੋ ਰਹੀਆਂ, ਦੋ ਕੁੜੀਆਂ ਹੋ ਰਹੀਆਂ ਆ, ਔਰ ਉਹਨਾਂ ਨੂੰ ਤਾਨੇ ਮਿਹਣੇ ਮਿਲਦੇ ਹੁੰਦੇ ਸੀਗੇ, ਔਰ ਇੱਕ ਘਰ ਦੀ ਹਾਲਾਤ ਵੀ, ਮਤਲਬ ਕਿ ਗੁਜ਼ਾਰਾ ਕਿਸ ਤਰ੍ਹਾਂ ਕਰਨਾ ਹੈਗਾ, ਕੁੜੀਆਂ ਪੈਦਾ ਹੋ ਰਹੀਆਂ ਆ ਗਈਆਂ ਆ, ਤਾਂ ਇਹਨਾਂ ਨੂੰ ਕਿੱਦਾਂ ਇਹਨਾਂ ਦੀ ਪਾਲਣਾ ਕਰਦਾ ਪਾਲਣਾ ਕਰਨਾ ਹੈਗਾ। ਤਾਂ ਉਸ ਤੋਂ ਬਾਅਦ ਪਰ ਜਦੋਂ ਮੈਂ ਮੈਨੂੰ ਫਿਰ ਜਿੱਦਾਂ ਮੈਂ ਸੁਣਿਆ ਆ, ਆਪਣੇ ਪਰਿਵਾਰ ਤੋਂ ਵੀ ਸੁਣਿਆ ਆ, ਆਪਣੇ ਪਿੰਡ ਦੇ ਹੋਰ ਵੀ ਬਜ਼ੁਰਗਾਂ ਕੋਲੋਂ ਸੁਣਿਆ ਹੈਗਾ ਕਿ ਜੋ ਮੇਰੇ ਨਾਲ ਪੈਦਾ ਹੋਣ 'ਤੇ ਮੈਨੂੰ ਜੋ ਸੁਣਿਆ, ਮੇਰੇ ਲਈ ਸੁਣਾਇਆ ਗਿਆ,
ਕਿ ਪੱਥਰ ਆ ਗਿਆ, ਇਹ ਖੋਟਾ ਸਿੱਕਾ ਆ ਗਿਆ, ਇਸ ਤਰ੍ਹਾਂ। ਮੈਨੂੰ ਤਾਂ ਨਹੀਂ ਸੀ ਪਤਾ, ਪਰ ਮੈਂ ਬਾਅਦ ਵਿੱਚ ਮੈਨੂੰ ਪਤਾ ਲੱਗਾ। ਅਤੇ ਉਸ ਤੋਂ ਬਾਅਦ ਇਹ ਵੀ ਮੈਂ ਸੁਣਿਆ ਹੈਗਾ ਕਿ ਜਦ ਮੈਂ ਪੈਦਾ ਹੋਈ ਹਾਂ ਤਾਂ ਮੇਰੇ ਘਰ ਦੇ ਹਾਲਾਤ ਚੇਂਜ ਹੋਣੇ ਸ਼ੁਰੂ ਹੋ ਗਏ, ਹਾਲਾਤ ਜਿਹੜੀ ਮੇਰੀ ਜੋ ਗਰੀਬੀ ਸੀ ਉਹ ਹਟਣੀ ਸ਼ੁਰੂ ਹੋ ਗਈ, ਬਰਕਤ ਸ਼ੁਰੂ ਹੋ ਗਈ। ਪਰ ਉਹਨਾਂ ਨੂੰ ਫਿਰ ਵੀ ਇਹੀ ਲੱਗਦਾ ਸੀ ਕਿ ਇਹ ਤਾਂ ਇਹ ਕੁੜੀ ਆ, ਲੜਕੀ ਆ, ਕੁੜੀ ਆ। ਪਰ ਮੈਂ ਇਸ ਤੋਂ ਬਾਅਦ ਮੇਰੇ ਦੋ ਬ੍ਰਦਰ ਹੋਏ ਆ, ਉਹਨਾਂ ਨੇ ਇਹ ਬਿਲਕੁਲ ਇਹਨਾਂ ਨੇ ਕਬੂਲ ਕੀਤਾ ਕਿ ਹਾਂ ਇਹ ਕੁੜੀ ਸਾਡੇ ਘਰ ਦੇ ਵਿੱਚ ਬਰਕਤ ਵਾਲੀ ਆ। ਸੋ ਚੇਂਜ ਹੋ ਗਿਆ, ਉਦੋਂ ਥੋੜ੍ਹਾ ਚੇਂਜ ਹੋਇਆ, ਉਹਨਾਂ ਦੀ ਐਟੀਟਿਊਡ ਚੇਂਜ ਹੋਇਆ। ਪਰ ਕਹਿੰਦੇ ਹੁੰਦੇ ਕਿ ਉਹ ਜੋ ਹਾਲਾਤ ਸੀ, ਗਰੀਬੀ ਸੀ, ਉਹਨਾਂ ਨੇ ਉਹਨਾਂ ਦੇ ਉੱਤੇ ਫਿਰ ਵੀ ਪਰਦਾ ਪਾ ਰੱਖਿਆ ਕਿ ਉਹਨਾਂ ਨੇ ਮੇਰੇ ਤੋਂ ਜ਼ਿਆਦਾ ਮੇਰੇ ਭਰਾਵਾਂ ਨੂੰ ਅਹਿਮੀਅਤ ਦਿੱਤੀ ਉਹਨਾਂ ਨੂੰ। ਕਿੱਦਾਂ ਦੀ ਅਹਿਮੀਅਤ ਦਿੱਤੀ, ਕਿੱਦਾਂ ਦਾ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ? ਮਤਲਬ ਕਿ ਉਹ ਮੁੰਡੇ ਆ, ਇੱਕ ਪੰਜਾਬੀ ਦੇ ਵਿੱਚ ਉਸ ਸਮੇਂ ਦੇ ਵਿੱਚ, ਹੁਣ ਵੀ ਕਹਿੰਦੇ ਆ, ਹੁਣ ਵੀ ਹੋ ਸਕਦਾ ਕਿ ਜਿਹੜੇ ਮੁੰਡਿਆਂ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਆ ਕੁੜੀਆਂ ਤੋਂ, ਵੀ ਕੁੜੀ ਆ ਇਹਨੂੰ ਅਸੀਂ ਇਹਨੂੰ ਪਾਲਣਾ ਆ, ਇਹਦਾ ਵਿਆਹ ਕਰਨਾ ਆ, ਇਹਨੂੰ ਇਹ ਘਰ ਦੀ ਇੱਜ਼ਤ ਵਾ, ਇਹਨੂੰ ਸੰਭਾਲ ਕੇ ਰੱਖਣਾ ਆ। ਅਤੇ ਜਿਹੜੇ ਮੁੰਡੇ ਆ ਉਹਨਾਂ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ ਕਿ ਇਹ ਹੋ ਸਕਦਾ ਇਹ ਹੋ ਸਕਦਾ ਹੈਗਾ ਕਿ ਕਈ ਵਾਰੀ ਇਹ ਵੀ ਮੈਂ ਸੁਣਿਆ ਹੈਗਾ ਕਿ ਲੜਕੀਆਂ ਨੂੰ ਥੋੜ੍ਹੀ ਰੋਟੀ ਦੇਣੀ ਤਾਂ ਮੁੰਡਿਆਂ ਨੂੰ ਜ਼ਿਆਦਾ ਰੋਟੀ ਪਾ ਦੇਣੀ। ਮੈਨੂੰ ਇਹ ਮੇਰੇ ਰੋਟੀ ਦਾ ਤਾਂ ਮੈਨੂੰ ਨਹੀਂ ਕੋਈ ਇੱਦਾਂ ਕੋਈ ਯਾਦ ਹੈਗਾ, ਪਰ ਮੈਂ ਇੰਨਾ ਇੱਦਾਂ ਦੇਖਦੀ ਹੈਗੀ ਕਿ ਮੇਰੇ ਜੇ ਕੋਈ ਭਰਾ ਦਾ ਕੋਈ ਗਲਤੀ ਹੋਣੀ ਤਾਂ ਮੇਰੇ 'ਤੇ ਹੀ ਕੱਢ ਦੇਣੀ, ਮੇਰੇ 'ਤੇ ਕੱਢ ਦੇਣੀ। ਉਹਨਾਂ ਨੂੰ ਕਹਿ ਦੇਣਾ ਕੋਈ ਨਹੀਂ ਇਹਨੇ ਗਲਤੀ ਕੀਤੀ ਤਾਂ ਕੋਈ ਨਹੀਂ, ਠੀਕ ਆ, ਪਰ ਮੇਰੇ 'ਤੇ ਇਲਜ਼ਾਮ ਆ ਜਾਣਾ। ਤਾਂ ਜਿਹੜਾ ਕੰਮ ਵਾ ਉਹਨਾਂ ਨੂੰ ਕਹਿਣਾ ਕੋਈ ਨਹੀਂ ਮੁੰਡੇ ਆ, ਇਹਨਾਂ ਨੂੰ ਖੇਲਣ ਦਿਓ ਕੰਮ ਤੂੰ ਕਰ। ਰਾਜ ਜੀ, ਫਿਰ ਤੁਹਾਡੀ ਜ਼ਿੰਦਗੀ ਚੇਂਜ ਕਿੱਦਾਂ ਹੋਈ ਵੇ? ਖੁਦਾਵੰਦ ਯਿਸੂ ਮਸੀਹ ਤੁਹਾਡੀ ਜ਼ਿੰਦਗੀ ਦੇ ਵਿੱਚ ਕਿੱਦਾਂ ਆਇਆ, ਕਿਉਂਕਿ ਤੁਸੀਂ ਗੈਰ ਮਸੀਹ ਦੇ ਖਾਨਦਾਨ ਦੇ ਵਿੱਚ ਪੈਦਾ ਹੋਏ? ਹਾਂਜੀ, ਮੈਂ ਜਿੱਦਾਂ ਹਜੇ ਬਚਪਨ ਦੀ ਹਜੇ ਮੈਂ ਤੁਹਾਨੂੰ ਗੱਲ ਦੱਸ ਰਹੀ ਹਾਂ ਕਿ ਮੈਂ ਜਿਸ ਤਰ੍ਹਾਂ ਮੈਂ ਪੈਦਾ ਹੋਈ ਹਾਂ ਤਾਂ ਮੇਰੇ ਘਰ ਦੇ ਹਾਲਾਤ ਚੇਂਜ ਹੋਣੇ ਸ਼ੁਰੂ ਹੋ ਗਏ। ਮੈਂ ਪ੍ਰਾਇਮਰੀ ਸਕੂਲ ਹੀ ਪੜ੍ਹਦੀ ਸੀਗੀ ਤਾਂ ਮੇਰੇ ਪਰਿਵਾਰ ਨੇ ਕਿਹਾ ਸੀ ਕਿ ਇਹਨੂੰ ਪ੍ਰਾਇਮਰੀ ਪੜ੍ਹਾਉਣਾ ਆ, ਬਾਹਰ ਹੋਰ ਨਹੀਂ ਪੜ੍ਹਾਉਣਾ, ਬਸ ਇਹਨੂੰ ਘਰ ਦੇ ਕੰਮ ਕਰੂਗੀ, ਪੱਠੇ ਪਾਊਗੀ ਮੱਝਾਂ ਨੂੰ, ਘਰ ਦੇ ਸਾਰੇ ਕੰਮ ਕਾਰ ਕਰੂਗੀ, ਖੇਤੀ ਦੇ ਕੰਮ ਕਰੂਗੀ, ਇਹ ਜਿੰਨੀ ਕੁ ਲਾਇਕ ਹੈਗੀ ਇਹਨੂੰ ਰਹਿਣ ਦਿਉ। ਅੱਛਾ, ਤਾਂ ਇਹਨੂੰ ਪੜ੍ਹਾਉਣਾ ਨਹੀਂ ਹੈਗਾ, ਪੰਜਵੀਂ ਤੋਂ ਪ੍ਰਾਇਮਰੀ ਸਕੂਲ ਤੱਕ ਪੜ੍ਹੇਗੀ, ਬਾਅਦ 'ਚ ਖਤਮ। ਮੇਰੇ ਭਰਾ ਪੜ੍ਹਨਗੇ, ਮੇਰੀ ਭੈਣ ਪੜ੍ਹ, ਉਹ ਤਾਂ ਔਲਰੇਡੀ ਮੇਰੇ ਤੋਂ ਅੱਗੇ ਸੀਗੀ, ਪੜ੍ਹ ਰਹੀ ਸੀਗੀ। ਤਾਂ ਪਰ ਮੈਂ ਇਹ ਸੋਚ ਰਹੀ ਕਿ ਮੇਰੇ ਨਾਲ ਇੱਦਾਂ ਕਿਉਂ ਕਹਿੰਦੇ ਸੀਗੇ, ਮੇਰੇ ਨਾਲ ਮੈਨੂੰ ਇੱਦਾਂ ਕਿਉਂ ਕਹਿੰਦੇ ਸੀਗੇ। ਤਾਂ ਜਦ ਮੈਂ ਪਰ ਮੈਂ ਹੁਣ ਫੀਲ ਕਰਦੀ ਹਾਂ ਕਿ ਪਰਮੇਸ਼ਰ ਤਾਂ ਉਸ ਸਮੇਂ ਵੀ ਮੇਰੇ ਨਾਲ ਹੀ ਸੀਗਾ, ਮੈਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮੈਂ ਵਿਸ਼ਵਾਸ ਕਰਦੀ ਕਿ ਪਰਮੇਸ਼ਰ ਨੇ ਮੈਨੂੰ ਚੁਣਿਆ ਹੋਇਆ ਸੀ, ਉਹ ਜਾਣਦਾ ਸੀ ਮੈਨੂੰ। ਪਰਮੇਸ਼ਰ ਦੇ ਕਲਾਮ 'ਚ ਵੀ ਲਿਖਿਆ ਕਿ ਉਹ ਤੈਨੂੰ ਮਾਂ ਦੇ ਪੇਟ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਹੀ ਜਾਣਦਾ ਸੀ, ਤੈਨੂੰ ਤੇਰੇ ਬਾਰੇ ਜਾਣਦਾ ਸੀ, ਤੈਨੂੰ ਘੜਿਆ ਸੀ। ਤਾਂ ਮੈਂ ਮੇਰੇ ਜਦੋਂ ਪ੍ਰਾਇਮਰੀ ਸਕੂਲ ਪੜ੍ਹਦੀ ਸੀ ਤਾਂ ਮੇਰੇ ਟੀਚਰਾਂ ਨੇ ਦੇਖਿਆ ਕਿ ਬਹੁਤ ਇੰਟੈਲੀਜੈਂਟ ਆ ਪੜ੍ਹਾਈ ਦੇ ਵਿੱਚ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇੱਦਾਂ ਇੱਕ ਹੋਸਟਲ ਆ ਜਿੱਥੇ ਇਹ ਪੜ੍ਹ ਫ੍ਰੀ ਪੜ੍ਹ ਸਕਦੀ ਆ, ਉੱਥੇ ਇਹਨੂੰ ਸਿਰਫ ਟੈਸਟ ਦੇਣਾ ਪੈਣਾ ਆ। ਉਹ ਟੈਸਟ ਉਹਨਾਂ ਨੇ ਮੇਰੀ ਮੰਮੀ ਨੂੰ ਕੰਪੈਲ ਕਰਕੇ, ਉਹਨਾਂ ਨੂੰ ਕਨਵਿੰਸ ਕਰਕੇ ਉਹਨਾਂ ਨੇ ਫਾਰਮ ਵਗੈਰਾ ਭਰਾ ਦਿੱਤੇ, ਜਦਕਿ ਉਹ ਮੰਨਦੇ ਨਹੀਂ ਸੀ, ਕਹਿੰਦੇ ਸੀ ਅਸੀਂ ਨਹੀਂ ਪੜ੍ਹਾਉਣਾ ਹੈਗਾ, ਅਸੀਂ ਨਹੀਂ ਬਾਹਰ ਭੇਜਣਾ ਹੈਗਾ, ਵੀ ਅਸੀਂ ਘਰ ਅੱਖਾਂ ਤੋਂ ਪਰੋਖੇ ਆਪਣੀ ਬੱਚੀ ਨੂੰ ਭੇਜਣਾ ਨਹੀਂ ਹੈਗਾ। ਪਰ ਉਹਨਾਂ ਨੇ ਜ਼ਬਰਦਸਤੀ, ਮਤਲਬ ਕਿ ਉਹ ਥੋੜ੍ਹਾ ਫੋਰਸ ਕੀਤਾ ਮੇਰੀ ਮੰਮੀ ਨੂੰ, ਤਾਂ ਉਹ ਮੰਨ ਗਈ ਔਰ ਉਹਨਾਂ ਨੇ ਭਰ ਦਿੱਤਾ, ਔਰ ਮੈਂ ਪੇਪਰ ਪਾਸ ਕਰ ਲਿਆ। ਮੈਂ ਟੈਸਟ 'ਚੋਂ ਪਾਸ ਹੋ ਕੇ ਤਾਂ ਮੈਂ ਹੋਸਟਲ 'ਚ ਪੜ੍ਹੀ ਹਾਂ, ਜਿੱਥੋਂ ਮੈਂ ਕਹਿ ਲਓ ਕਿ ਪੰਜਵੀਂ ਤੋਂ ਲੈ ਕੇ ਮੈਂ 12 ਤੱਕ ਉੱਥੇ ਪੜ੍ਹੀ ਹਾਂ, ਔਰ ਟੋਟਲੀ ਜਿੱਦਾਂ ਸ਼ਾਨਦਾਰ ਦੀ ਪੜ੍ਹਾਈ ਮੈਂ ਪੜ੍ਹੀ, ਔਰ ਮੈਨੂੰ ਕੋਈ ਖਰਚ ਨਹੀਂ ਉੱਥੇ ਸੀਗਾ, ਬਿਲਕੁਲ ਫ੍ਰੀ, ਟੋਟਲੀ ਫ੍ਰੀ। ਔਰ ਮੈਂ ਕਾਲਜ ਵੀ ਗਈ ਉਸ ਤੋਂ ਬਾਅਦ, ਤਾਂ ਅੱਜ ਦੇ ਸਮੇਂ ਦੇ ਵਿੱਚ ਮੈਂ ਆਪਣੇ ਭੈਣ ਭਰਾਵਾਂ ਤੋਂ ਜ਼ਿਆਦਾ ਪੜ੍ਹੀ ਔਰ ਪੜ੍ਹ ਵੀ ਰਹੀ ਹਾਂ, ਹਜੇ ਵੀ ਪੜ੍ਹ ਰਹੀ ਹਾਂ। ਸੋ ਖੁਦਾਵੰਦ ਨੇ ਬਰਕਤ ਦਿੱਤੀ ਹੈਗੀ, ਪਰ ਤੁਸੀਂ ਐਕਚੁਅਲੀ ਖੁਦਾਵੰਦ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿੱਦਾਂ ਤੁਸੀਂ ਕਬੂਲ ਕੀਤਾ? ਉਹ ਫਿਰ ਮੈਂ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਇੰਗਲੈਂਡ 'ਚ ਆਈ ਸੀ। ਅੱਛਾ, ਤੁਸੀਂ ਇੰਗਲੈਂਡ 'ਚ ਆਏ? ਹਾਂਜੀ ਹਾਂਜੀ। ਤਾਂ ਮੇਰੀ ਤੁਹਾਡੀ ਸ਼ਾਦੀ ਵੀ ਹੋ ਗਈ ਸੀਗੀ? ਹਾਂਜੀ, ਫਿਰ ਸ਼ਾਦੀ ਮੇਰੀ ਹੋ ਗਈ ਸੀਗੀ। ਅੱਛਾ, ਸ਼ਾਦੀ ਹੋ ਗਈ ਹੈ ਤਾਂ ਤੁਸੀਂ ਆ ਗਏ ਇੰਗਲੈਂਡ? ਹਾਂਜੀ, ਠੀਕ। ਅਤੇ ਮੈਂ ਇੰਗਲੈਂਡ ਦੇ ਵਿੱਚ ਆਈ ਹਾਂ ਤਾਂ ਮੇਰੇ ਘਰਦਿਆਂ ਨੇ ਹੀ ਮੇਰੇ 'ਤੇ ਜ਼ਿਆਦਤੀ ਕੀਤੀ ਸੀ, ਹੈ ਨਾ, ਤਾਂ ਉਹਨਾਂ ਨੇ ਮੈਨੂੰ ਦੁੱਖ ਦੇ ਵਿੱਚ ਰੱਖਿਆ। ਇੱਥੇ ਇੰਗਲੈਂਡ ਦੇ ਵਿੱਚ ਵੀ ਆ ਕੇ ਮੈਂ ਦੁੱਖ ਸਹੇ, ਮੈਨੂੰ ਫਿਰ ਉਹੀ ਫੀਲ ਹੋਇਆ ਕਿ ਮੇਰੇ ਲਈ ਕੋਈ ਵੀ ਨਹੀਂ ਹੈਗਾ, ਮੈਂ ਉੱਥੇ ਵੀ ਜੋ ਅਨਫੇਅਰ ਫੀਲ ਕੀਤਾ ਵਾ ਉਹ ਹੁਣ ਵੀ ਉਹੀ ਹੋ ਰਿਹਾ, ਉਹੀ ਜੰਗ ਲੜ ਰਹੇ, ਉਹੀ ਜੰਗ, ਫਿਰ ਉਹੀ ਜੰਗ। ਤਾਂ ਮੈਨੂੰ ਮੇਰੇ ਜਦੋਂ ਮੇਰਾ ਵੀਜ਼ਾ ਮੁੱਕ ਗਿਆ, ਮੈਨੂੰ ਵੀ ਘਰੋਂ ਕੱਢ ਦਿੱਤਾ, ਮੈਨੂੰ ਰਹਿਣ ਲਈ ਕਿਤੇ ਜਗ੍ਹਾ ਨਹੀਂ, ਮੈਨੂੰ ਇੱਕ ਹਿਸਾਬ ਦਾ ਮੈਂ ਰੋਡ 'ਤੇ ਆ ਗਈ,
ਕੋਈ ਮਤਲਬ ਕਿ ਇੱਥੋਂ ਦੀ ਕੌਂਸਲ ਵੀ ਨਹੀਂ ਮੈਨੂੰ ਕੋਈ ਪਨਾਹ ਦੇ ਰਹੀ ਸੀ, ਕੋਈ ਸਪੋਰਟ ਨਹੀਂ ਸੀ ਕਿਉਂਕਿ ਮੇਰੇ ਕੋਲ ਵੀਜ਼ਾ ਵੀ ਹੈ ਨਹੀਂ ਸੀ। ਤਾਂ ਮੇਰਾ ਜਿਹੜਾ ਦੁੱਖ ਸੀਗਾ ਪਰਮੇਸ਼ਰ ਜਾਣਦਾ ਸੀਗਾ, ਪਰਮੇਸ਼ਰ ਨੂੰ ਪਤਾ ਸੀਗਾ, ਉਹਨੂੰ ਪਤਾ ਸੀਗਾ ਕਿ ਕਿਸ ਤਰ੍ਹਾਂ ਮੈਨੂੰ ਉਹਨੇ ਆਪਣਾ ਰਾਸਤਾ ਦਿਖਾਉਣਾ ਆ, ਕਿਉਂਕਿ ਉਹ ਤਾਂ ਸ਼ਾਇਦ ਮੈਨੂੰ ਪਹਿਲਾਂ ਤੋਂ ਹੀ ਜਾਣਦਾ ਸੀ, ਮੈਂ ਹੀ ਨਹੀਂ ਜਾਣਦੀ ਸੀਗੀ। ਤਾਂ ਫਿਰ ਜਿੱਦਾਂ ਸਾਡੇ ਲਾਗੇ ਕੋਈ ਕ੍ਰਿਸਚਨ ਫੈਮਿਲੀ ਸੀਗੀ, ਉਹਨਾਂ ਨੇ ਦੇਖਿਆ ਮੈਨੂੰ, ਮੈਨੂੰ ਦੇਖਿਆ ਉਸ ਦੁੱਖ ਦੇ ਵਿੱਚ, ਔਰ ਪਰਮੇਸ਼ਰ ਨੇ ਉਹਨਾਂ ਨੂੰ ਮੇਰੇ ਕੋਲ ਭੇਜਿਆ, ਔਰ ਉਹਨਾਂ ਨੇ ਆਪਣੇ ਘਰ ਦੇ ਵਿੱਚ ਮੈਨੂੰ ਰੱਖਿਆ, ਔਰ ਉੱਥੇ ਮੈਂ ਉਹਨਾਂ ਦੇ ਵਿੱਚ ਬੈਠ ਕੇ ਦੇਖਿਆ ਕਿ ਉਹ ਕਿੱਦਾਂ ਪਰਮੇਸ਼ਰ ਨਾਲ ਗੱਲਬਾਤ ਕਰਦੇ ਆ, ਕਿਸ ਤਰ੍ਹਾਂ। ਬੜਾ ਅਜੀਬ ਲੱਗਾ ਹੋਣਾ। ਅਜੀਬ ਲੱਗਾ ਸੀ, ਬਹੁਤ ਅਜੀਬ ਲੱਗਾ ਸੀ ਕਿ ਇਹ ਤਾਂ ਮੈਂ ਕਦੀ ਦੇਖਿਆ ਨਹੀਂ ਸੀ। ਇਹ ਮੈਂ ਆਪਣੇ ਆਪਣੇ ਪਰਮੇਸ਼ਰ ਨੂੰ ਜਾਂ ਮਤਲਬ ਕਿ ਆਪਣਾ ਇਸ ਤਰ੍ਹਾਂ ਪੂਜਣਾ ਮੈਂ, ਹਾਂਜੀ ਮੈਂ ਪੜ੍ਹਦੀ ਰਹੀ ਹਾਂ ਆਪਣੇ ਗ੍ਰੰਥ ਸਾਹਿਬ, ਪੜ੍ਹਦੀ ਰਹੀ ਹਾਂ ਆਪਣੇ ਆਪਣੇ ਸਿੱਖ ਧਰਮ ਦੇ ਵਿੱਚ ਜੋ ਵੀ ਮੈਂ ਕਾਨੂੰਨ ਹੈਗਾ ਪਰਮੇਸ਼ਰ ਦਾ ਉਹ ਮੈਂ ਪੂਰਾ ਕਰਦੀ ਰਹੀ। ਪਰ ਮੈਂ ਜੋ ਇਹ ਬਾਈਬਲ ਦੇ ਵਿੱਚੋਂ ਪਰਮੇਸ਼ਰ ਕਿੱਦਾਂ ਕਰਦਾ ਹੈਗਾ ਉਹ ਮੈਂ ਉੱਥੇ ਸਮਝਿਆ, ਔਰ ਮੈਨੂੰ ਅਜੀਬ ਲੱਗਾ, ਬਹੁਤ ਅਜੀਬ ਲੱਗਾ। ਤਾਂ ਮੈਂ ਬਾਈਬਲ ਪੜ੍ਹਨੀ ਉਹਨਾਂ ਨਾਲ ਸ਼ੁਰੂ ਕੀਤੀ, ਔਰ ਉਹਨਾਂ ਨੇ ਮੈਨੂੰ ਕੋਈ ਧੱਕਾ ਨਹੀਂ ਕੀਤਾ, ਮੈਨੂੰ ਫੋਰਸ ਨਹੀਂ ਕੀਤਾ ਕਿ ਤੈਨੂੰ ਪੜ੍ਹਨੀ ਪੈਣੀ ਆ, ਸਾਡੇ ਘਰ ਰਹਿਣਾ ਆ, ਜਾਂ ਤੈਨੂੰ ਵੀ ਤੈਨੂੰ ਬਣਨਾ ਪੈਣਾ ਕ੍ਰਿਸਚਨ। ਉਹਨਾਂ ਨੇ ਮੈਨੂੰ ਇਸ ਤਰ੍ਹਾਂ ਦਾ ਕੋਈ ਫੋਰਸ ਨਹੀਂ, ਉਹਨਾਂ ਨੇ ਪਿਆਰ ਕੀਤਾ, ਉਹਨਾਂ ਨੇ ਮੈਨੂੰ ਪਿਆਰ ਕੀਤਾ, ਉਹਨਾਂ ਨੇ ਮੈਨੂੰ ਬਸ ਪਿਆਰ ਹੀ ਦਿਖਾਇਆ। ਔਰ ਮੈਨੂੰ ਬਾਈਬਲ ਉਹਨਾਂ ਨੇ ਕਿਹਾ ਜੇ ਤੂੰ ਪੜ੍ਹਨੀ ਆ ਤੂੰ ਪੜ੍ਹ, ਜਿਹੜਾ ਤੈਨੂੰ ਨਹੀਂ ਸਮਝ ਲੱਗਦਾ ਅਸੀਂ ਤੈਨੂੰ ਦੱਸ ਸਕਦੇ ਹਾਂ। ਤਾਂ ਮੈਂ ਬਾਈਬਲ ਪੜ੍ਹਨੀ ਸ਼ੁਰੂ ਕੀਤੀ ਆ, ਔਰ ਪਰਮੇਸ਼ਰ ਰੂਬਰੂ ਮੇਰੇ ਨਾਲ ਬਾਈਬਲ ਦੇ ਦੁਆਰਾ ਗੱਲਾਂ ਕਰਨ ਲੱਗ ਗਿਆ। ਔਰ ਸਭ ਤੋਂ ਪਹਿਲਾਂ ਮੈਨੂੰ ਪਰਮੇਸ਼ਰ ਨੇ ਉਹ ਹਲਚਲ ਜਿਹੜੀ ਮੇਰੇ ਅੰਦਰ ਮੱਚੀ ਹੋਈ ਸੀ ਇੱਕ ਸ਼ਾਂਤੀ ਦੀ, ਮੈਨੂੰ ਸ਼ਾਂਤੀ, ਯਿਸੂ ਨੇ ਤੈਨੂੰ ਸ਼ਾਂਤੀ ਦਿੱਤੀ ਉਸ ਵੇਲੇ, ਯਿਸੂ ਮਸੀਹ ਨੇ ਮੈਨੂੰ ਸ਼ਾਂਤੀ ਦਿੱਤੀ। ਔਰ ਤੁਸੀਂ ਵਾਕਿਆ ਦੇ ਜਦੋਂ ਸੋਚਿਆ ਵੀ ਹਾਂ ਵੀ ਵਾਕਿਆ ਦੇ 'ਚ ਇਹ ਖੁਦਾ ਹੈ, ਹਾਂਜੀ, ਔਰ ਕਿਸੇ ਨੇ ਫੋਰਸ ਨਹੀਂ ਕੀਤਾ, ਮੈਨੂੰ ਕਿਸੇ ਨੇ ਫੋਰਸ ਨਹੀਂ ਕੀਤਾ। ਕਿਆ ਖੂਬ, ਬਹੁਤ ਅੱਛਾ। ਤਾਂ ਉਸ ਤਰ੍ਹਾਂ ਜਿਹੜੀਆਂ ਫੀਲਿੰਗਸ ਸੀਗੀਆਂ ਤੁਹਾਨੂੰ ਫਿਰ ਗਾਂ ਜਿੱਦਾਂ ਕਹਿੰਦੇ ਹੁੰਦੇ ਵੀ ਨੈਕਸਟ ਸਟੇਜ 'ਤੇ ਵੀ ਲੈ ਗਏ ਵੀ ਤੁਸੀਂ ਵਾਕਿਆ ਦੇ 'ਚ ਓਬਵੀਅਸਲੀ ਬਪਤਿਸਮਾ ਵੀ ਲਿਆ ਹੋਊਗਾ, ਹਾਂਜੀ, ਉਹਦੇ ਬਾਰੇ ਜਿਸ ਤਰ੍ਹਾਂ ਮੈਂ ਕਿਹਾ ਕਿ ਮੈਨੂੰ ਜੋ ਸਭ ਤੋਂ ਪਹਿਲਾਂ ਪਰਮੇਸ਼ੁਰ 'ਚ ਆ ਕੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ੁਰ ਤਾਂ ਮੈਂ ਪਹਿਲਾਂ ਵੀ ਕਹਿੰਦੀ ਸੀ ਆਪਣੇ ਆਪਣੇ ਜਦੋਂ ਮੈਂ ਰਹਿੰਦੀ ਸੀ ਆਪਣੇ ਪਰਿਵਾਰ 'ਚ ਉਦੋਂ ਵੀ ਮੈਂ ਪਰਮੇਸ਼ੁਰ ਹੀ ਕਹਿੰਦੀ ਸੀ, ਪਰ ਪਰਮੇਸ਼ੁਰ ਦਾ ਨਾਂ ਕਿਹੜਾ ਮੈਨੂੰ ਨਹੀਂ ਸੀ ਪਤਾ। ਜਿੱਥੇ ਵੀ ਮੇਰੀ ਪਰਮੇਸ਼ੁਰ ਦੇ ਨਾਲ ਲਗਨ ਬਹੁਤ ਸੀ, ਮੈਂ ਪਾਠ ਪੂਜਾ ਬਹੁਤ ਕਰਦੀ ਸੀ, ਮੈਨੂੰ ਬਹੁਤ ਲਗਨ ਸੀਗੀ, ਮੈਂ ਜਿੱਥੇ ਵੀ ਜਾਣਾ ਮੈਂ ਦਿਲੋਂ ਖੋਜਣਾ, ਦਿਲੋਂ ਮੈਂ ਪਿਆਰ ਕਰਨਾ ਕਿ ਮੇਰਾ ਪਰਮੇਸ਼ੁਰ ਆ, ਪਰ ਮੈਨੂੰ ਕੋਈ ਰਿਸਪੋਂਸ ਨਹੀਂ ਮਿਲਦਾ ਸੀ। ਮੈਨੂੰ ਕੋਈ ਮੈਨੂੰ ਇੱਦਾਂ ਨਹੀਂ ਸੀ ਲੱਗਦਾ ਕਿ ਕੋਈ ਮੈਨੂੰ ਕੁਛ ਕਹਿ ਰਿਹਾ ਆ, ਕੁਛ ਮੈਨੂੰ ਦੱਸ ਰਿਹਾ ਆ, ਕੁਛ ਮੇਰੀ ਸੁਣ ਰਿਹਾ ਆ, ਮੈਨੂੰ ਕੋਈ ਰਿਸਪੋਂਸ ਨਹੀਂ ਮਿਲਦਾ ਸੀਗਾ। ਜਿਸ ਤਰ੍ਹਾਂ ਮੈਂ ਜਿੱਥੇ ਵੀ ਚਾਹੇ ਮੈਂ ਗੁਰਦੁਆਰੇ ਜਾਣਾ ਚਾਹੇ ਮੈਂ ਕਿਤੇ ਵੀ ਜਾਣਾ, ਮੈਨੂੰ ਇੱਦਾਂ ਲੱਗਦਾ ਸੀ ਕਿ ਮੈਂ ਇਹ ਮੇਰਾ ਪਰਮੇਸ਼ੁਰ ਆ, ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਅਸਲੀ ਕਿਹੜਾ ਆ ਜਿਸਨੇ ਮੈਨੂੰ ਬਣਾਇਆ ਆ, ਅਸਲੀ ਉਹ ਕੌਣ ਆ ਜਿਸਨੇ ਮੈਨੂੰ ਬਣਾਇਆ ਆ। ਪਰ ਜਦੋਂ ਮੈਂ ਇਹ ਬਾਈਬਲ ਦੇ ਵਿੱਚੋਂ ਯਿਸੂ ਮਸੀਹ ਨੂੰ ਪਾਇਆ, ਔਰ ਮੈਨੂੰ ਇੱਕ ਥੰਮ ਲੱਗ ਗਿਆ ਮੇਰੇ ਅੰਦਰ, ਮੈਨੂੰ ਥੰਮ ਲੱਗ ਗਿਆ ਕਿ ਇਹ ਹੀ ਮੇਰਾ ਪਰਮੇਸ਼ੁਰ ਆ, ਇਸੇ ਨੇ ਮੈਨੂੰ ਬਣਾਇਆ ਆ, ਔਰ ਇੱਦਾਂ ਮੈਨੂੰ ਤਸੱਲੀ ਅੰਦਰੋਂ ਆ ਗਈ ਸੀ, ਉਹਦੇ ਵਚਨਾਂ ਦੇ ਰਾਹੀਂ ਮੈਨੂੰ ਤਸੱਲੀ ਮਿਲਦੀ ਸੀ, ਉਹ ਡ੍ਰੀਮਾਂ ਦੇ ਰਾਹੀਂ ਮੈਨੂੰ ਤਸੱਲੀ ਦਿੰਦਾ ਸੀ, ਮੈਨੂੰ ਸ਼ਾਂਤੀ ਦੇ ਨਾਲ ਭਰ ਦਿੱਤਾ, ਮੇਰਾ ਸਾਰਾ ਜਿੱਦਾਂ ਕਹਿੰਦੇ ਹੁੰਦੇ ਆ ਬੋਝ ਉਹ ਮੇਰਾ ਹਲਕਾ ਹੋ ਗਿਆ, ਔਰ ਜਿਹੜਾ ਮੇਰਾ ਗਾਣੇ ਲਿਖ ਲਿਖ ਕੇ ਮੈਂ ਖਾਲੀਪਨ ਨੂੰ ਭਰਨ ਦੀ ਕੋਸ਼ਿਸ਼ ਕਰਦੀ ਸੀ ਉਹ ਮੇਰਾ ਭਰ ਗਿਆ, ਉਹ ਅੰਦਰ ਜਿਹੜਾ ਮੈਂ ਖਾਲੀਪਨ ਸੀ ਉਹ ਭਰ ਗਿਆ। ਹਜੇ ਕਿ ਮੇਰੇ ਕੋਲ ਕੋਈ ਘਰ ਨਹੀਂ ਸੀ, ਕੋਈ ਵੀਜ਼ਾ ਨਹੀਂ ਸੀ, ਕੋਈ ਕੋਈ ਕੁਛ ਨਹੀਂ ਸੀ, ਜੋਬ ਨਹੀਂ ਸੀ, ਪਰ ਉਹਦੀ ਸ਼ਾਂਤੀ ਦੇ ਨਾਲ ਤਸੱਲੀ ਦੇ ਨਾਲ ਮੇਰਾ ਅੰਦਰ ਭਰ ਗਿਆ, ਔਰ ਮੈਨੂੰ ਪਤਾ ਲੱਗ ਗਿਆ ਕਿ ਆਇਆ ਪਰਮੇਸ਼ਰ, ਪਰਮੇਸ਼ਰ ਨੇ ਮੈਨੂੰ, ਇਸ ਪਰਮੇਸ਼ਰ ਨੇ ਮੈਨੂੰ ਬਣਾਇਆ ਹੈ। ਸਭ ਤੋਂ ਵੱਡੀ ਸ਼ਾਂਤੀ ਜਦੋਂ ਤੁਸੀਂ ਹੁਣ ਇਹ ਆ ਕਿ ਤੁਸੀਂ ਕ੍ਰਿਸਚਨ ਬਣ ਗਏ ਆ, ਤੁਸੀਂ ਬਪਤਿਸਮਾ ਵੀ ਲੈ ਲਿਆ, ਹਾਂਜੀ, ਤਾਂ ਘਰ ਵਾਲਿਆਂ ਨੂੰ ਕਿੱਦਾਂ ਦੱਸਿਆ? ਬਪਤਿਸਮਾ ਵੀ ਜਿੱਦਾਂ ਤੁਸੀਂ ਸੋਰੀ ਬਪਤਿਸਮੇ ਦਾ ਤੁਸੀਂ ਗੱਲ ਕੀਤੀ ਕਿ ਬਪਤਿਸਮਾ ਜਦੋਂ ਮੈਂ ਪ੍ਰਭੂ ਦੇ ਵਿੱਚ ਮੈਂ 1-2-3 ਹਫ਼ਤੇ ਹੋਏ, ਪਰਮੇਸ਼ਰ ਨੇ ਮੇਰੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ, ਮੇਰੇ 'ਤੇ ਜ਼ਾਹਰ ਕਰਨਾ ਸ਼ੁਰੂ ਕਰ ਦਿੱਤਾ ਆਪਣੇ ਆਪ ਨੂੰ। ਔਰ ਮੈਨੂੰ ਕਿਸੇ ਨੇ ਨਹੀਂ ਦੱਸਿਆ ਸੀ ਕਿ ਬਪਤਿਸਮਾ ਕਿਉਂ ਲੈਣਾ ਆ, ਇਹ ਕਾਹਦੇ ਲਈ ਹੁੰਦਾ ਆ, ਪਰ ਬਾਈਬਲ 'ਚ ਲਿਖਿਆ ਆ ਕਿ ਬਪਤਿਸਮਾ ਲੈਣਾ ਵੀ ਜ਼ਰੂਰੀ ਆ, ਕਿਉਂਕਿ ਉਹਦੇ ਵਿੱਚ ਅਸੀਂ ਕੰਪਲੀਟ ਹੁੰਦੇ ਹਾਂ। ਬਾਈਬਲ 'ਚ ਦੱਸਿਆ ਆ ਕਿ ਵਿਸ਼ਵਾਸ ਕਰ ਔਰ ਬਪਤਿਸਮਾ ਲੈ ਔਰ ਬਚਾਇਆ ਜਾਏਗਾ, ਹੈ ਨਾ। ਮੈਂ ਬਪਤਿਸਮਾ ਲੈਣ ਦੇ ਲਈ ਮੇਰੇ ਅੰਦਰ ਇੰਨੀ ਮਤਲਬ ਕਿ ਇੱਛਾ ਹੋ ਗਈ, ਮੇਰੇ ਅੰਦਰ ਇੱਦੀ ਮੈਨੂੰ ਕਾਹਲ ਪੈ ਗਈ ਕਿ ਮੈਂ ਕਿਹੜੀ ਘੜੀ ਹੋਵੇ ਬਪਤਿਸਮਾ ਲਵਾਂ, ਕਿਹੜੀ ਘੜੀ ਹੋਵੇ ਕਿ ਮੈਂ ਫਟਾਫਟ ਬਪਤਿਸਮਾ ਲਵਾਂ। ਹਜੇ ਕਿ ਮੇਰੇ ਹੱਥ 'ਚ ਕੁਛ ਨਹੀਂ ਸੀ, ਮੇਰੇ ਅੰਦਰ ਇੱਦਾਂ ਦੀ ਹਲਚਲ ਮੱਚ ਗਈ। ਅਤੇ ਮੈਂ ਸਾਡੇ ਜਿੱਦਾਂ ਮੈਂ ਚਰਚ ਜਿੱਥੇ ਜਾਂਦੀ ਸੀ ਉਹਨਾਂ ਦੇ ਪਰਿਵਾਰ ਦੇ ਨਾਲ, ਉਸ ਚਰਚ ਦੇ ਵਿੱਚ ਬਪਤਿਸਮਾ ਪੂਲ ਬਣ ਰਿਹਾ ਸੀਗਾ,
ਔਰ ਮੈਂ ਜਦ ਵੀ ਚਰਚ ਜਾਣਾ ਸੰਡੇ ਮੈਂ ਹਮੇਸ਼ਾ ਮੇਰੇ ਅੰਦਰ ਲਗਨ ਤਾਂਘ ਸੀਗੀ ਕਿ ਕਿਹੜੀ ਘੜੀ ਹੋਵੇ ਪੂਰਾ ਹੋਵੇ ਤਾਂ ਮੈਂ ਇੱਥੇ ਬਪਤਿਸਮਾ ਲਵਾਂ ਇੰਨੀ ਮੇਰੇ ਅੰਦਰ ਮਤਲਬ ਕਿ ਜਿੱਦਾਂ ਕਹਿ ਲਓ ਅੱਗ ਲੱਗ ਗਈ ਸੀਗੀ ਤੋ ਪਰਮੇਸ਼ੁਰ ਨੇ ਬਪਤਿਸਮੇ ਤੋਂ ਪਹਿਲਾਂ ਹੀ ਮੈਨੂੰ ਪਵਿੱਤਰ ਆਤਮਾ ਨਾਲ ਭਰ ਦਿੱਤਾ ਔਰ ਪਰਮੇਸ਼ੁਰ ਨੇ ਮੈਨੂੰ ਜਿੱਦਾਂ ਕਹਿੰਦੇ ਹੁੰਦੇ ਆ ਜ਼ਮੀਨ ਤੋਂ ਹਵਾ ਚੜਾਉਣ ਲੱਗ ਗਿਆ ਇੱਕ ਆਪਣੀ ਪਾਵਰ ਦੇ ਵਿੱਚ ਔਰ ਜਿੱਦਾਂ ਬਪਤਿਸਮੇ ਦੀ ਗੱਲ ਕੀਤੀ ਫਿਰ ਮੈਂ ਆਪਣੇ ਪਰਿਵਾਰ ਨੂੰ ਵੀ ਦੱਸਣ ਲੱਗ ਗਈ ਮੈਂ ਇੰਡੀਆ ਦੇ ਵਿੱਚ ਪਰਿਵਾਰ ਨੂੰ ਵੀ ਦੱਸਣ ਲੱਗ ਗਈ ਕਿ ਜਿੱਦਾਂ ਕਹਿੰਦੇ ਮੇਰੀਆਂ ਅੱਖਾਂ ਜਿਹੜੀਆਂ ਖੁੱਲ੍ਹ ਗਈਆਂ ਅੱਖਾਂ ਤੋਂ ਜਿਹੜੀ ਪੱਟੀ ਲੱਗੀ ਸੀ ਮੈਨੂੰ ਨਹੀਂ ਪਤਾ ਉਹ ਕਿਹੜੀ ਸੀਗੀ ਪਰ ਆਤਮਿਕ ਪੱਟੀ ਜਿਹੜੀ ਮੇਰੀ ਅੱਖਾਂ 'ਚੋਂ ਖੁੱਲ੍ਹ ਗਈ ਖੁੱਲ੍ਹ ਗਈ ਕਿਆ ਬਾਤ ਤਾਂ ਫਿਰ ਗੁੱਸੇ ਤਾਂ ਨਹੀਂ ਹੋਏ ਗੁੱਸੇ ਜਿਸ ਤਰ੍ਹਾਂ ਉਹਨਾਂ ਨੇ ਮੇਰੇ ਹਾਲਾਤ ਦੇਖੇ ਜਿੱਦਾਂ ਕਹਿ ਲਓ ਹੋ ਸਕਦਾ ਮੈਨੂੰ ਨਹੀਂ ਪਤਾ ਉਹਨਾਂ ਦੇ ਉਹਨਾਂ ਨੂੰ ਗੁੱਸਾ ਆਇਆ ਕਿ ਨਹੀਂ ਆਇਆ ਪਰ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਹਾਲਾਤਾਂ 'ਚ ਦੇਖਿਆ ਸ਼ਾਇਦ ਉਹ ਕਹਿੰਦੇ ਹੋਣਗੇ ਵੀ ਜਿੱਦਾਂ ਬਹੁਤ ਸਾਰੇ ਦੇਵੀ ਦੇਵਤਿਆਂ ਨੂੰ ਪੂਜਦੇ ਆ ਉਹ ਕਹਿੰਦੇ ਵੀ ਕਿ ਕੋਈ ਨਾਰਾਜ਼ ਨਾ ਹੋਵੇ ਉਹਨਾਂ ਨੇ ਸ਼ਾਇਦ ਇਹ ਸੋਚਿਆ ਹੋਣਾ ਕਿ ਇਹ ਵੀ ਉਹਨਾਂ ਦੇ ਵਿੱਚ ਇੱਕ ਆ ਜਾਂਦਾ ਆ ਚਲੋ ਇਹਨੂੰ ਵੀ ਨਾਰਾਜ਼ ਕਰਨਾ ਚਲ ਮੰਨਦੀ ਆ ਬਿਲੀਵ ਕਰਦੀ ਆ ਵਿਸ਼ਵਾਸ ਕਰਦੀ ਤਾਂ ਘਰ ਹੀ ਜਾਂਦਾ ਹੋ ਸਕਦਾ ਇੱਕ ਇਹ ਰੀਜ਼ਨ ਹੋਵੇ ਹੋ ਸਕਦਾ ਇੱਕ ਰੀਜ਼ਨ ਹੋਵੇ ਕਿ ਇੰਗਲੈਂਡ ਦੇ ਵਿੱਚ ਆ ਅਸੀਂ ਇਹਨੂੰ ਕਹਿ ਨਹੀਂ ਸਕਦੇ ਕੁਛ ਇਹ ਹੁਣ ਆਪਣੀ ਆਪਣੀ ਇੱਛਾ ਦੀ ਮਾਲਕ ਆ ਆਪਣੀ ਇੱਛਾ ਦੀ ਮਾਲਕ ਆ ਇਹ ਆਪਣੀ ਇੱਛਾ ਕਰ ਸਕਦੀ ਅਸੀਂ ਇਹਨੂੰ ਕੀ ਕਹਿ ਸਕਦੇ ਹਾਂ ਅਤੇ ਉਹਨਾਂ ਨੇ ਮੇਰਾ ਵਿਰੋਧ ਨਹੀਂ ਕੀਤਾ ਸੋ ਆਪਾਂ ਹੁਣ ਸਟੋਰੀ ਨੂੰ ਆਪਾਂ ਗਾਂਹ ਲੈ ਕੇ ਜਾਂਦੇ ਹੈਗੇ ਹਾਂ ਕਿ ਮੇਨ ਓਕੂਪੇਸ਼ਨ ਇਸ ਵੇਲੇ ਤੁਹਾਡੀ ਕਿਹੜੀ ਹੈਗੀ ਹੈ ਤੁਸੀਂ ਕਿੱਦਾਂ ਆਪਣੇ ਪੇਟ ਦੀ ਰੋਟੀ ਕਿੱਦਾਂ ਕਮਾਉਂਦੇ ਹੈਗੇ ਮੈਂ ਆਪਣਾ ਮੈਂ ਕੇਅਰਿੰਗ ਸਿਸਟਮ ਦਾ ਕਰਦੀ ਸਪੋਰਟ ਵਰਕਰ ਵੀ ਹੈਗੀ ਹਾਂ ਤਾਂ ਉੱਥੇ ਖੁਦਾਵੰਦੀ ਦਾ ਕਿੱਦਾਂ ਤੁਸੀਂ ਯਸਮਸੀ ਦਾ ਕੰਮ ਇਸਤੇਮਾਲ ਕਰਦੇ ਹੋ ਮੇਰਾ ਮੇਰੇ ਅੰਦਰ ਜਿਸ ਤਰ੍ਹਾਂ ਪਰਮੇਸ਼ੁਰ ਨੇ ਇੱਕ ਪਿਆਰ ਆਨੰਦ ਭਰ ਦਿੱਤਾ ਹੈਗਾ ਔਰ ਮੈਂ ਮੇਰੇ ਤੋਂ ਜ਼ਾਹਰ ਕੀਤੇ ਬਿਨਾਂ ਰਹਿ ਨਹੀਂ ਹੁੰਦਾ ਮੇਰੇ ਜਿਹੜੇ ਮੇਰੇ ਆਪਣੇ ਕਲਾਇੰਟਸ ਆ ਮੇਰੇ ਬਜ਼ੁਰਗ ਆ ਜਿਨ੍ਹਾਂ ਦੀ ਮੈਂ ਲੁੱਕ ਆਫਟਰ ਕਰਦੀ ਹਾਂ ਮੈਂ ਉਹਨਾਂ ਨੂੰ ਆਟੋਮੈਟਿਕਲੀ ਸਾਡੇ ਅੰਦਰੋਂ ਪਿਆਰ ਆਉਂਦਾ ਆ ਜਿੱਦਾਂ ਕਹਿੰਦੇ ਹੁੰਦੇ ਇੱਕ ਮਹਿਕ ਆਉਂਦੀ ਆ ਇੱਕ ਸਮੁੰਦਰ ਦੀਆਂ ਲਹਿਰਾਂ ਵਗਦੀਆਂ ਆ ਉਹ ਉਹਨਾਂ ਨੂੰ ਆਟੋਮੈਟਿਕ ਹੀ ਛੂੰਹਦੀਆਂ ਆ ਔਰ ਜਿੱਥੇ ਵੀ ਉਹ ਫੀਲ ਕਰਦੇ ਉਹ ਦੇਖਦੇ ਆ ਕਿ ਸਮਥਿੰਗ ਡਿਫਰੈਂਟ ਔਰ ਮੈਂ ਜਦੋਂ ਵੀ ਕਿਤੇ ਕਿਸੇ ਲੋੜ ਹੁੰਦੀ ਆ ਮੈਂ ਉਹਨਾਂ ਨੂੰ ਕਹਿੰਦੀ ਮੈਂ ਤੁਹਾਡੇ ਲਈ ਦੁਆ ਕਰੂੰਗੀ ਮੈਂ ਦੁਆ ਕਰਦੀ ਹਾਂ ਜਾਂ ਮੈਂ ਕੋਈ ਦੁੱਖ 'ਚ ਹੁੰਦਾ ਆ ਉਹਨੂੰ ਮੈਂ ਕਹਿੰਦੀ ਹਾਂ ਨਹੀਂ ਇੱਦਾਂ ਪਰਮੇਸ਼ੁਰ ਦੇ ਅੱਗੇ ਮੈਂ ਤੁਹਾਡੇ ਲਈ ਦੁਆ ਕਰਦੀ ਹਾਂ ਔਰ ਉਹ ਬੜੇ ਖੁਸ਼ ਹੁੰਦੇ ਆ ਸੋ ਉਹਨਾਂ ਲਈ ਦੁਆ ਵੀ ਕਰਦੇ ਹਾਂ ਤੁਸੀਂ ਉਹਨਾਂ ਦੀ ਮਦਦ ਵੀ ਕਰਦੇ ਹਾਂ ਔਰ ਮਿਹਨਤ ਵੀ ਕਰਦੇ ਹੈ ਕਮਾਈ ਵੀ ਹੁੰਦੀ ਤਾਂ ਤੁਸੀਂ ਆਪਣੀ ਸੁਣਿਆ ਵੀ ਬੱਚੀ ਨੂੰ ਵੀ ਤੁਸੀਂ ਗਾਂ ਇਹ ਤਲੀਮ ਦੇ ਰਹੇ ਹੈਗੇ ਉਹਦੇ ਬਾਰੇ ਦੱਸੋ ਘਰ ਦੇ ਵਿੱਚ ਬੈਠ ਕੇ ਕਿਸ ਤਰ੍ਹਾਂ ਤੁਸੀਂ ਆਪਣੀ ਬੱਚੀ ਨੂੰ ਤਲੀਮ ਦਿੰਦੇ ਔਰ ਕਿਸ ਤਰ੍ਹਾਂ ਤੁਸੀਂ ਪ੍ਰੈਕਟਿਸ ਕਰਦੇ ਹੈ ਕੀ ਕਰਦੇ ਹੈ ਤੁਸੀਂ ਮੇਰੀ ਬੱਚੀ ਆ ਪੈਦਾ ਹੋਣ ਤੋਂ ਹੀ ਜਦ ਉਹ ਮੇਰੇ 'ਤੇ ਜੋ ਮੈਂ ਸਟਰਗਲ ਕੀਤੀ ਆ ਆਪਣੀ ਲਾਈਫ ਦੇ ਵਿੱਚ ਉਸ ਸਟਰਗਲ ਦੇ ਕਾਰਨ ਮੈਂ ਬਹੁਤ ਸਟਰੋਂਗ ਹੋ ਗਈ ਹਾਂ ਮੈਂ ਬਹੁਤ ਜ਼ਿਆਦਾ ਸਟਰੋਂਗ ਹੋ ਗਈ ਹਾਂ ਔਰ ਮੈਂ ਕਿਸੇ ਇਨਸਾਨ 'ਤੇ ਨਹੀਂ ਉਮੀਦ ਰੱਖੀ ਮੇਰੀ ਉਮੀਦ ਸਿਰਫ ਪਰਮੇਸ਼ੁਰ 'ਤੇ ਆ ਯਸੂ ਮਸੀਹ 'ਤੇ ਜੀਸਸ ਕ੍ਰਾਈਸਟ 'ਤੇ ਆ ਮੇਰੀ ਉਮੀਦ ਔਰ ਮੈਂ ਮੇਰੀ ਬੱਚੀ ਨੇ ਜਿੱਦਾਂ ਕਹਿ ਲਓ ਕਿ ਇੱਕ ਬਲੱਡ ਦੇ ਵਿੱਚ ਖੂਨ ਦੇ ਵਿੱਚ ਵੀ ਉਹਨੇ ਉਹੀ ਸਟਰੈਂਥ ਪਾਈ ਹੋਈ ਆ ਉਹੀ ਉਹਨੇ ਜਿੱਦਾਂ ਕਹਿ ਲਓ ਕਿ ਮਾਂ ਬਾਪ ਤੋਂ ਜੋ ਬੱਚੇ ਦੇ ਵਿੱਚ ਵਿਰਸਾ ਵੀ ਆਉਂਦਾ ਆ ਬਲੱਡ 'ਚ ਆਉਂਦਾ ਆ ਉਹਦੇ ਅੰਦਰੋਂ ਹੀ ਆ ਤਾਂ ਬਾਕੀ ਜਿੱਦਾਂ ਉਹਨੂੰ ਮੰਮੀ ਨੂੰ ਦੇਖਦੀ ਆ ਕਿ ਕਿਸ ਤਰ੍ਹਾਂ ਦਾ ਉਹਦਾ ਸਟੈਂਡ ਆ ਪਰਮੇਸ਼ੁਰ 'ਚ ਕਿਸ ਤਰ੍ਹਾਂ ਦੀ ਉਹਦੀ ਚਰਚ ਦੇ ਵਿੱਚ ਸਟੈਂਡ ਹੈਗਾ ਉਹ ਮੈਨੂੰ ਫੋਲੋ ਕਰਦੀ ਆ ਕਿਉਂਕਿ ਬੱਚੇ ਮਾਂ ਬਾਪ ਨੂੰ ਫੋਲੋ ਕਰਦੇ ਆ ਅਤੇ ਉਹ ਮੈਨੂੰ ਦੇਖਦੀ ਆ ਔਰ ਘਰ ਦੇ ਵਿੱਚ ਵੀ ਅਸੀਂ ਮੈਂ ਉਹ ਆਟੋਮੈਟਿਕਲੀ ਉਹਦੇ ਅੰਦਰ ਇਹ ਭਰਿਆ ਹੋਇਆ ਆ ਕਿ ਉਹਨੇ ਜੋ ਇੱਕ ਵਾਰੀ ਪਰਮੇਸ਼ੁਰ ਦੇ ਲਈ ਉਹਨੇ ਕਰਨਾ ਵਾ ਉਹਦੇ ਅੰਦਰੋਂ ਹੀ ਲੱਗਣ ਆ ਮੈਂ ਉਹਨੂੰ ਫੋਰਸ ਨਹੀਂ ਕਰਦੀ ਹੈਗੀ ਤੂੰ ਆਹ ਕਰ ਜਾਂ ਆਹ ਕਰ ਉਹਦੇ ਅੰਦਰੋਂ ਹੀ ਲੱਗਣ ਆ ਉਹ ਅੰਦਰੋਂ ਹੀ ਇਸ ਤਰ੍ਹਾਂ ਔਰ ਬਾਕੀ ਕਹਿੰਦੇ ਹੁੰਦੇ ਆ ਜੇ ਕੋਈ ਬਣ ਰਿਹਾ ਤਾਂ ਉਹਨੂੰ ਤੁਸੀਂ ਸਵਾਰ ਦਿਓ ਤਾਂ ਮੈਂ ਆਪਣੀ ਬੱਚੀ ਨੂੰ ਸਵਾਰ ਦਿੰਦੀ ਹਾਂ ਕਿ ਹਾਂ ਇੱਥੋਂ ਪੁੱਤ ਇੱਦਾਂ ਨਹੀਂ ਕਰਨਾ ਇੱਥੋਂ ਇੱਦਾਂ ਨਹੀਂ ਕਰਨਾ ਇੱਦਾਂ ਨਹੀਂ ਕਰਨਾ ਸੋ ਘਰ ਦੇ ਵਿੱਚ ਉਹਦੀ ਗਾਉਣ 'ਚ ਵੀ ਲੱਗਣ ਹੈਗੀ ਆ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਹੈਗੀ ਆ ਵੱਧ ਚੜ੍ਹ ਕੇ ਉਹ ਕਹਿੰਦੀ ਆ ਕਿ ਮੈਨੂੰ ਕੋਈ ਪਿੱਛੇ ਨਾ ਕਰੇ ਮੈਂ ਟੌਪ 'ਤੇ ਜਾਣਾ ਆ ਕਿਉਂਕਿ ਇਹ ਮੇਰੀ ਵੀ ਅੰਦਰੋਂ ਹੈਗੀ ਆ ਕਿ ਮੈਂ ਪਿੱਛੇ ਨੂੰ ਦੇਖ ਕੇ ਨਹੀਂ ਰਾਜ਼ੀ ਹੈਗੀ ਮੈਂ ਟੌਪ ਨੂੰ ਜਾ ਕੇ ਰਾਜ਼ੀ ਹੈਗੀ ਹਾਂ ਔਰ ਮੈਂ ਮੇਰੀ ਲਾਈਫ 'ਚ ਮੈਂ ਚਾਹੁੰਦੀ ਹੈਗੀ ਹਾਂ ਮੈਂ ਉਸ ਮੁਕਾਮ 'ਤੇ ਪਹੁੰਚਾਂ ਜਿਹੜਾ ਮੈਨੂੰ ਮੇਰੇ ਅੰਦਰ ਡਿਜ਼ਾਇਰ ਆ ਇੱਕ ਟੌਪ ਦੇ ਉੱਤੇ ਜਿੱਥੇ ਪਰਮੇਸ਼ੁਰ ਵੀ ਲਿਜਾਣਾ ਚਾਹੁੰਦਾ ਆ ਸੋ ਉਹਨਾਂ ਨੂੰ ਤੁਸੀਂ ਸਿਖਾ ਵੀ ਰਹੇ ਹਾਂ ਲਿਖਣਾ ਵੀ ਔਰ ਬੋਲਣਾ ਵੀ ਔਰ ਗਾਉਣਾ ਵੀ ਤਾਂ ਤੁਸੀਂ ਆਪ ਵੀ ਗਾਉਂਦੇ ਹੈਗੇ ਤਾਂ ਮੈਂ ਚਾਹੁੰਦਾ ਹੈਗਾ ਕਿ ਤੁਸੀਂ ਦੋ ਟੱਪੇ ਗਾਇਓ ਕਿ ਜਿਹੜਾ ਤੁਸੀਂ ਆਪ ਕਲਾਮ ਆਪ ਲਿਖਿਆ ਹੈਗਾ ਕਿ ਜਿਹੜਾ ਸਾਡੇ ਵਿਊਅਰਸ ਹੈਗੇ ਆ ਕਿ ਉਹ ਵੀ ਦੇਖ ਸਕਣ ਮੇਰੇ ਯਸੂ ਦੀ ਸ਼ਾਨ ਨਿਰਾਲੀ ਉਹ ਹੈ ਜਗ ਦਾ ਮੁਕਤੀ ਦਾਤਾ
ਪਾਪਾਂ ਦੇ ਬੋਝ ਤੋਂ ਪਾਪਾਂ ਦੇ ਬੋਝ ਤੋਂ ਆ ਕੇ ਦੁਨੀਆ ਨੂੰ ਛੁੜਾਤਾ ਉਹਦਾ ਜੰਮਣਾ ਜੀਣਾ ਤੇ ਮਰਨਾ ਇਤਿਹਾਸ ਵੀ ਕਰੇ ਬਿਆਨ ਉਹਦੀ ਬਾਣੀ ਨੂੰ ਰੱਦ ਨਾ ਪਾਏ ਨਾ ਉਹਦੀ ਬਾਣੀ ਨੂੰ ਰੱਦ ਨਾ ਪਾਏ ਝੂਠੇ ਪੈ ਗਏ ਨੇ ਸਾਇੰਸਦਾਨ ਤੀਜੇ ਦਿਨ ਜਿੰਦਾ ਹੋਣ ਦੀ ਉਹਦੀ ਕਬਰ ਦੁਹਾਈ ਦੇਵੇ ਤੀਜੇ ਦਿਨ ਜਿੰਦਾ ਹੋਣ ਦੀ ਉਹਦੀ ਕਬਰ ਗਵਾਹੀ ਦੇਵੇ ਯੇਸੂ ਜਲਦੀ ਆ ਰਹਾ ਹੈ ਹਾਂ ਯੇਸੂ ਜਲਦੀ ਆ ਰਹਾ ਹੈ ਬਾਈਬਲ ਯੇ ਦੁਹਾਈ ਦੇਵੇ ਅੱਜ ਰਾਜ ਦੁਹਾਈ ਦੇਵੇ ਬਹੁਤ ਅੱਛਾ ਮੇਰੀ ਭੈਣ ਵਾਕਿਆ ਦੇ 'ਚ ਮੈਂ ਬਹੁਤ ਇੰਜੋਏ ਕੀਤਾ ਸੁਣ ਕੇ ਕਿ ਇੱਕ ਤਾਂ ਤੁਹਾਡੀ ਜੀ ਸੁਰੀਲੀ ਆਵਾਜ਼ ਅਤੇ ਇੱਕ ਜਿਹੜਾ ਤੁਸੀਂ ਲਿਖਿਆ ਹੈਗਾ ਵੀ ਮੈਨੂੰ ਬੜਾ ਟੱਚ ਕੀਤਾ ਹੈਗਾ ਆਖਰ ਦੇ ਵਿੱਚ ਮੈਂ ਚਾਹੁੰਦਾ ਹੈਗਾ ਕਿ ਬਹੁਤ ਸਾਰੇ ਵਿਊਅਰਸ ਇਸ ਵੇਲੇ ਤੁਹਾਨੂੰ ਦੇਖ ਰਹੇ ਹੈਗੇ ਔਰ ਮੈਂ ਸ਼ੋਰ ਹਾਂ ਕਿ ਉਹਨਾਂ ਨੂੰ ਜੋ ਕੁਛ ਤੁਸੀਂ ਗਾਇਆ ਪੰਜਾਬੀ ਜ਼ਬਾਨ ਦੇ ਵਿੱਚ ਵੀ ਉਹਨਾਂ ਨੂੰ ਟੱਚ ਵੀ ਕੀਤਾ ਹੋਏਗਾ ਕਿ ਕੋਈ ਇਨਕਰੇਜਿੰਗ ਵਰਡਸ ਹੈਗੇ ਆ ਕਿ ਜਿਹੜੇ ਤੁਸੀਂ ਉਹਨਾਂ ਨਾਲ ਸ਼ੇਅਰ ਕਰ ਸਕਦੇ ਹੈਗੇ ਥੋੜ੍ਹਾ ਛੋਟਾ ਜਿਹਾ ਵਚਨ ਹਾਂਜੀ ਮੈਂ ਪਰਮੇਸ਼ਰ ਦਾ ਬਹੁਤ ਸ਼ੁਕਰ ਧੰਨਵਾਦ ਕਰਦੀ ਹਾਂ ਕਿ ਪਰਮੇਸ਼ਰ ਨੇ ਮੌਕਾ ਦਿੱਤਾ ਹੈ ਕਿ ਮੇਰੇ ਆਪਣੇ ਬਹੁਤ ਸੁੰਦਰ ਭੈਣ ਭਾਈਆਂ ਦੇ ਸਾਹਮਣੇ ਉਹਨਾਂ ਦੇ ਆਪਣੇ ਐਕਸਪੀਰੀਅੰਸ ਜੋ ਮੇਰੀ ਜ਼ਿੰਦਗੀ ਦੇ ਸੀਗੀ ਮੈਂ ਸ਼ੇਅਰ ਕਰ ਸਕਾਂ ਔਰ ਮੈਂ ਇਨਕਰੇਜ ਇਹੀ ਕਰਨਾ ਚਾਹੁੰਦੀ ਹਾਂ ਕਿ ਜਦ ਤੱਕ ਅਸੀਂ ਕਿਸੇ ਖਾਣੇ ਨੂੰ ਚੱਕ ਕੇ ਨਹੀਂ ਦੇਖਦੇ ਹੈਗੇ ਕਿ ਫਿਰ ਸਾਡਾ ਸਾਨੂੰ ਉਹਦਾ ਸਵਾਦ ਨਹੀਂ ਪਤਾ ਲੱਗਦਾ ਹੈਗਾ ਅਸੀਂ ਇਸ ਮੈਂ ਇਹੀ ਕਹਾਂਗੀ ਕਿ ਜਦ ਤੱਕ ਤੁਸੀਂ ਪ੍ਰਭੂ ਯਸੂ ਮਸੀਹ ਨੂੰ ਚੱਕ ਕੇ ਨਹੀਂ ਦੇਖਦੇ ਤੁਹਾਨੂੰ ਨਹੀਂ ਪਤਾ ਲੱਗਣਾ ਕਿ ਉਹ ਹੈ ਕੀ ਆ ਪਰਮੇਸ਼ਰ ਤਾਂ ਮੈਂ ਸਮਝਦੀ ਸੀ ਪਰਮੇਸ਼ਰ ਹੈ ਪਰ ਪਰਮੇਸ਼ਰ ਦਾ ਮਤਲਬ ਕੀ ਹੈਗਾ ਉਹ ਹੈ ਕੌਣ ਉਹ ਅਸਲ ਦੇ ਵਿੱਚ ਹੈ ਕੌਣ ਆ ਉਹ ਮੈਂ ਯਸੂ ਮਸੀਹ ਦੇ ਨਾਮ ਦੇ ਦੁਆਰਾ ਪਾਇਆ ਕਿਉਂਕਿ ਪਰਮੇਸ਼ਰ ਕੋਈ ਧਰਮ ਨਹੀਂ ਬਦਲਦਾ ਹੈਗਾ ਪਰਮੇਸ਼ਰ ਕੋਈ ਨਾਂ ਨਹੀਂ ਬਦਲਦਾ ਹੈਗਾ ਪਰਮੇਸ਼ਰ ਕੋਈ ਜਾਤ ਨਹੀਂ ਬਦਲਦਾ ਹੈਗਾ ਪਰਮੇਸ਼ਰ ਦਿਲ ਬਦਲਦਾ ਆ ਔਰ ਪਰਮੇਸ਼ਰ ਯਸੂ ਮਸੀਹ ਦਿਲ ਬਦਲਦਾ ਆ ਉਹਨੇ ਕੋਈ ਧਰਮ ਨਹੀਂ ਬਣਾਇਆ ਹੈਗਾ ਕੋਈ ਜਾਤ ਪਾਤ ਨਹੀਂ ਬਣਾਈ ਹੈਗੀ ਉਹਨੇ ਉਹ ਨਾਂ ਨਹੀਂ ਚੇਂਜ ਕਰਦਾ ਹੈਗਾ ਉਹ ਸਿਰਫ ਦਿਲ ਚੇਂਜ ਕਰਦਾ ਆ ਉਹ ਰਿਸ਼ਤਾ ਆ ਔਰ ਯਸੂ ਮਸੀਹ ਦੇ ਨਾਮ ਦੇ ਵਿੱਚ ਹੀ ਮੁਕਤੀ ਆ ਔਰ ਸਦਾ ਦੀ ਸ਼ਾਂਤੀ ਆ ਜਿਸ ਤਰ੍ਹਾਂ ਮੈਨੂੰ ਮਿਲੀ ਆ ਮੈਂ ਚਾਹੁੰਦੀ ਹੈਗੀ ਮੇਰੇ ਸੁਣਨ ਵਾਲੇ ਸਾਰੇ ਭੈਣ ਭਾਈਆਂ ਨੂੰ ਉਹੀ ਸ਼ਾਂਤੀ ਔਰ ਪਿਆਰ ਔਰ ਸਦਾ ਦੀ ਜ਼ਿੰਦਗੀ ਜੋ ਮਰਨ ਤੋਂ ਬਾਅਦ ਮਿਲਣੀ ਹੈਗੀ ਆ ਉਹ ਪਾ ਲੈਣ ਕਿਆ ਬਾਤ ਬਹੁਤ ਅੱਛਾ ਔਰ ਭੈਣ ਜੀ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਖੁਦਾਵੰਦ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਤੁਹਾਨੂੰ ਲੰਬੀ ਉਮਰ ਦੇਵੇ ਔਰ ਬੱਚੀ ਨੂੰ ਵੀ ਗਾਣ ਲੰਬੀ ਉਮਰ ਦੇਵੇ ਤਾਂ ਤੁਸੀਂ ਹਮੇਸ਼ਾ ਇਸ ਤਰ੍ਹਾਂ ਹੀ ਲਿਖਦੇ ਰਹੋ ਔਰ ਗਾਉਂਦੇ ਰਹੋ ਹੁਣ ਟਾਈਮ ਹੋ ਗਿਆ ਹੈਗਾ ਕਿ ਜਾਣ ਦਾ ਥੈਂਕ ਯੂ ਵੈਰੀ ਮੱਚ ਮੈਨੂੰ ਬੜੀ ਖੁਸ਼ੀ ਹੁੰਦੀ ਹੈਗੀ ਕਿ ਜਦੋਂ ਮੇਰੇ ਭੈਣ ਭਰਾ ਆਪਣੇ ਤੋਹਫਿਆਂ ਨਾਲ ਮਤਲਬ ਆਪਣੇ ਟੈਲੈਂਟ ਨਾਲ ਖੁਦਾ ਦੀ ਸੇਵਾ ਕਰਦੇ ਹੈਗੇ ਔਰ ਖੁਦਾ ਦੇ ਕਲਾਮ ਨੂੰ ਹੋਰ ਵੀ ਵਧਾਉਂਦੇ ਹੈਗੇ ਆ ਰਾਜੀ ਇਹੀ ਕਰ ਰਹੀ ਹੈਗੀ ਆ ਔਰ ਅਸੀਂ ਇਹੀ ਚਾਹੁੰਦੇ ਕਿ ਇਹਨਾਂ ਨੂੰ ਖੁਦਾਵੰਦ ਹੋਰ ਵੀ ਬਰਕਤ ਦੇਵੇ ਸ਼ੁਕਰੀਆ ਮਿਹਰਬਾਨੀ ਥੈਂਕ ਯੂ ਫੋਰ ਜੁਆਇਨਿੰਗ ਮੀ ਅੰਟਿਲ ਨੈਕਸਟ ਟਾਈਮ ਜੈ ਮਸੀਹ ਕੀ Thank you.